प्रभु दे नाल ते हुण तुसीं की समझदे हो जिहड़े गैर कौम दे लोक है जिहड़े मसीह नूं नहीं जाणदे ओह रब नूं नहीं मानदे। हाँ जी मानदे, उहनां दा बिलीव हैगा ना भी रब हैगा। ओह कोई भी सुखना सुख दे होए जां रब दे अगे कोई दुआ जां रिक्वेस्ट जां बेनती करदे ते उहनां दी सुनी जांदी कि नहीं? सुनी जांदी। हाँ जी सुनी जांदी ना। जे उन्हां दी रब ना सुनदा होवे ते फिर मंदर बंद ना हो जाण, जे रब ना सुने ते फिर गुरुद्वारे बंद ना हो जाने, जे रब ना सुने फिर चर्च भी बंद हो सकदा ना। हाँ जी इहदा मतलब आ भी सुनवाई तो उन्हां दी भी हुंदी आ, ते जदों सुनवाई उन्हां दी भी हुंदी आ सुनवाई साडी भी हुंदी आ, ते फिर ये आपां कल ही वक्खरियां वक्खरियां क्लासां ला के बैठे। ਜਦੋਂ ਜਦੋਂ ਤੁਸੀਂ ਮੰਦਰ ਵਾਲੇ ਨੂੰ ਪੁੱਛੋ ਨਾ ਵੀ ਰੱਬ ਕਿੰਨੇ ਆ, ਕਹਿੰਦਾ ਇੱਕ ਆ। ਆਪਾਂ ਕਿੰਨੇ ਕਹਿੰਦੇ? ਮੁਸਲਮਾਨ ਵੀ ਕਹਿੰਦਾ, ਸਿੱਖ ਵੀ ਕਹਿੰਦਾ, ਸਿਰਫ ਨਾਸਤਿਕ ਕਹਿੰਦਾ ਵੀ ਹੈ ਨਹੀਂ, ਹੈ ਨਾ। ਬਾਕੀ ਸਾਰੇ ਕੀ ਮੰਨਦੇ ਭਲਾ? ਰੱਬ ਇੱਕ ਆ। ਇਹ ਵੀ ਮੰਨਦੇ ਵੀ ਰੱਬ ਹੈਗਾ, ਨਾਸਤਿਕ ਨਹੀਂ ਮੰਨਦਾ ਇਹ ਰੱਬ ਹੈਗਾ। ਹਾਂਜੀ ਘੱਟੋ ਘੱਟ ਉਹ 'ਚ ਜੁੜਤ ਆ ਸਾਡੇ ਨਾਲ, ਜ਼ਿਆਦਾ ਜੁੜਤ ਰੱਖਦਾ ਉਹ, ਮੰਨਦਾ ਵੀ ਰੱਬ ਹੈ ਨਹੀਂ ਗਾ। ਅਸੀਂ ਤਾਂ ਇਹ ਵੀ ਕਹਿਣ ਦੀ ਜ਼ਰੂਰਤ ਨਹੀਂ, ਅਸੀਂ ਰੱਬ ਡਰਦੇ ਹਾਂ ਜੇ ਕਿਤੇ ਕਹਿ ਤਾਂ ਰੱਬ ਹੈ ਨਹੀਂ ਤਾਂ ਕਿਤੇ ਰੱਬ ਸਾਡੇ ਦੁਆਲੇ ਨਾ ਹੋ ਜਾਵੇ। ਹੈਂ ਹਾਂਜੀ ਸਾਡੇ ਨਾਲ ਤਾਂ ਜ਼ਰੂਰਤ ਰੱਖਦਾ ਨਾ, ਉਹ ਕਹਿੰਦਾ ਨਹੀਂ ਹੈ ਨਹੀਂ ਗਾ। ਐਵੇਂ ਸਭ ਡਰਾਮਾ ਹੀ ਹੈ, ਬੰਦੇ ਦੇ ਹੱਥ ਵਾਸੀ ਹੈ ਜੋ ਕਰਨਾ ਕਰੋ, ਜਿਹੜਾ ਜੀਵਨ ਮਿਲਿਆ ਜਿਹਨੇ ਸਾਹ ਹੈਗੇ ਜੀਓ, ਕੰਮ ਕਾਰ ਕਰੋ, ਮਿਹਨਤ ਕਰੋ, ਕਿਸੇ ਨਾਲ ਠੱਗੀ ਠੁੱਗੀ ਨਾ ਕਰੋ ਅਤੇ ਬਸ ਜੀਵਨ ਜੀਓ, ਦਿਆਸੀ ਠੱਗੇ ਕੁਛ ਨਹੀਂ ਗਾ। ਨਾਸਤਿਕ ਹਿੰਮਤ ਰੱਖਦਾ ਹੈ ਇਹ ਕਹਿਣ ਦੀ ਵੀ ਰੱਬ ਹੈ ਨਹੀਂ। ਅਸੀਂ ਕਹਿੰਦੇ ਹਾਂ ਰੱਬ ਹੈਗਾ, ਅਸੀਂ ਮੰਨਦੇ ਹਾਂ ਕੀ ਭਲਾ ਰੱਬ, ਪਰ ਰੱਬ ਦੀ ਮੰਨਦੇ ਨਹੀਂ, ਉਹ ਤਾਂ ਮੰਨਦਾ ਹੀ ਨਹੀਂ। ਇਸ ਕਰਕੇ ਰੱਬ ਦੀ ਮੰਨੇ ਤਾਂ ਭਾਵੇਂ ਨਾ ਮੰਨੇ ਉਹ ਜ਼ਰੂਰਤ ਰੱਖਦਾ। ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਨਾਸਤਿਕ ਨਾਲ ਥੋੜ੍ਹਾ ਜਿਹਾ ਅੱਗੇ ਮੰਨਦੇ ਹਾਂ ਵੀ ਅਸੀਂ ਮੰਨਦੇ ਹਾਂ ਵੀ ਰੱਬ ਹੈਗਾ। ਹਾਂਜੀ ਅਤੇ ਫਿਰ ਜੇ ਰੱਬ ਹੈਗਾ ਤਾਂ ਅਸੀਂ ਰੱਬ ਦੀ ਕਿੰਨੀ ਕੁ ਮੰਨਦੇ ਹਾਂ, ਕਿੰਨਾ ਕੁ ਅਸੀਂ ਭਰੋਸਾ ਰੱਖਦੇ ਹਾਂ? ਹਾਂਜੀ ਕੋਸ਼ਿਸ਼ ਕਰਦੇ ਨਾ ਜੀ ਜੀ। ਹੁਣ ਅਸੀਂ ਦੇਖਦੇ ਹਾਂ ਵੀ ਭੈਣ ਜੀ ਉਹਨਾਂ ਦਾ ਸਵਾਲ ਸੀਗਾ ਵੀ ਮੇਰੀਆਂ ਭੇਡਾਂ ਮੇਰੇ ਹੱਥਾਂ 'ਚੋਂ ਹਾਂਜੀ ਦੱਸਦਾ ਹੈ ਉਹਦੀ 29 ਐਤ, ਮੇਰਾ ਪਿਤਾ ਜਿਹਨੇ ਮੈਨੂੰ ਉਹ ਦਿੱਤੀਆਂ ਹਨ ਸਭਨਾਂ ਤੋਂ ਵੱਡਾ ਹੈ ਅਤੇ ਕੋਈ ਪਿਤਾ ਦੇ ਹੱਥੋਂ ਉਹਨਾਂ ਨੂੰ ਖੋ ਨਹੀਂ ਸਕਦਾ, ਮੈਂ ਅਤੇ ਪਿਤਾ ਇੱਕ ਹਾਂ। ਠੀਕ ਹੈ ਜੀ ਯੂਹੰਨਾ ਦੀ ਅੰਜੀਲ ਦੱਸਦਾ ਹੈ ਉਹਦੀ 29 ਆਇਤ, ਮੇਰਾ ਪਿਤਾ ਜਿਹਨੇ ਮੈਨੂੰ ਉਹ ਦਿੱਤੀਆਂ ਹਨ ਸਭਨਾਂ ਤੋਂ ਵੱਡਾ ਹੈ ਅਤੇ ਕੋਈ ਪਿਤਾ ਦੇ ਹੱਥੋਂ ਉਹਨਾਂ ਨੂੰ ਖੋ ਨਹੀਂ ਸਕਦਾ। ਕਿਹੜੀਆਂ ਭੇਡਾਂ ਨੂੰ ਭਲਾ? ਜਿਹੜੀਆਂ ਯਸੂ ਮਸੀਹ ਦੀਆਂ ਹਨ। ਹੁਣ ਯਸੂ ਮਸੀਹ ਦੀਆਂ ਭੇਡਾਂ ਕਿਹੜੀਆਂ? ਹਾਂਜੀ ਨਹੀਂ ਨਹੀਂ ਇਹ ਤਾਂ ਸੁਣਦੇ ਨੂੰ ਵੀ ਕਹੋਗੇ ਉਹਨੇ ਕਹਿਣਾ ਅਸੀਂ ਹਾਂ, ਕੋਈ ਇਹ ਤਾਂ ਕਹਿ ਨਹੀਂ ਸਕਦਾ ਨਾ ਵੀ ਨਹੀਂ ਅਸੀਂ ਨੀਗੇ। ਜਿਹਨੂੰ ਵੀ ਤੁਸੀਂ ਪੁੱਛੋਗੇ ਨਾ ਹਾਂਜੀ ਉਹ ਹਰੇਕ ਬੰਦਾ ਦਾਅਵਾ ਕਰਦਾ ਅਸੀਂ ਹਾਂ ਉਹ ਭੇਡਾਂ। ਹਾਂਜੀ ਅਤੇ ਕਿਵੇਂ ਫਿਰ ਪਤਾ ਲਵਾਂਗੇ ਵੀ ਅਸਲੀ ਭੇਡਾਂ ਅਸੀਂ ਹਾਂ ਜਾਂ ਅਸਲੀ ਭੇਡਾਂ ਉਹ? ਹਾਂਜੀ ਹੁਣ ਪ੍ਰਭੂ ਦੀ ਆਵਾਜ਼ ਨੂੰ ਜੇ ਪਛਾਣਨਾ ਤਾਂ ਕਿੱਦਾਂ ਪਛਾਣਾਂਗੇ? ਹਾਂਜੀ ਪ੍ਰਭੂ ਦੀ ਆਵਾਜ਼ ਨੂੰ ਜੇ ਪਛਾਣਨਾ ਹੋਵੇ ਤਾਂ ਕਿਵੇਂ ਪਹਿਚਾਣਾਂਗੇ? ਅੱਜ ਬਹੁਤ ਸਾਰੇ ਲੋਕ ਆ ਕਹਿੰਦੇ ਪ੍ਰਭੂ ਨੇ ਮੇਰੇ ਨਾਲ ਗੱਲ ਕੀਤੀ ਕੀਤੀ ਨਹੀਂ ਹੁੰਦੀ ਉਹਨਾਂ, ਕਿੱਦਾਂ ਪਛਾਣਾਂਗੇ? ਮੰਨ ਕੇ ਚਲੋ ਸਪੋਜ ਕਰੋ ਵੀ ਇੱਕ ਚਰਚ 'ਚ ਮੈਂ ਸਵੇਰ ਨੂੰ ਬੋਲ ਰਿਹਾ ਐਤਵਾਰ ਦਾ ਦਿਨ ਆ ਅਤੇ ਮੈਂ ਕਹਿ ਰਿਹਾ ਪ੍ਰਭੂ ਨੇ ਮੇਰੇ ਨਾਲ ਗੱਲ ਕੀਤੀ ਅਤੇ ਪ੍ਰਭੂ ਕਹਿੰਦਾ ਵੀ ਮੇਰੇ ਲੋਕਾਂ ਦੇ ਨਾਲ ਇਹ ਗੱਲ ਕਰ, ਸਾਂਝੀ ਕਰ ਅਤੇ ਮੈਂ ਲੋਕਾਂ ਨਾਲ ਸਾਂਝੀ ਕਰਦਾ। ਦੂਸਰਾ ਇੱਕ ਹੋਰ ਚਰਚ ਆ ਉਹਦੇ ਵਿੱਚ ਵੀ ਸੇਵਕ ਕਹਿੰਦਾ ਪ੍ਰਭੂ ਨੇ ਮੇਰੇ ਨਾਲ ਗੱਲ ਕੀਤੀ। ਹਾਂਜੀ ਅਤੇ ਹੁਣ ਦੇਖਿਓ ਗੱਲ ਕਰਨ ਦਾ ਤਰੀਕਾ ਕੀ ਹੈ, ਇੱਕ ਨਾਲ ਪ੍ਰਭੂ ਨੇ ਗੱਲ ਕੀਤੀ ਵੀ ਇਹਨਾਂ ਨੂੰ ਦੱਸਦੇ ਵੀ ਸਮਾਂ ਬੜਾ ਨੇੜੇ ਆ, ਸੁਧਰ ਜਾਓ ਨਹੀਂ ਤਾਂ ਦੰਡ ਆਉਣ ਵਾਲਾ। ਠੀਕ ਹੈ ਜੀ ਇੱਕ ਕਹਿੰਦਾ ਪ੍ਰਭੂ ਨੇ ਮੇਰੇ ਨਾਲ ਗੱਲ ਕੀਤੀ ਅਤੇ ਆਹ ਸਾਲ ਤੁਹਾਡੇ ਲਈ ਆਸ਼ੀਸ਼ਾਂ ਅਤੇ ਬਰਕਤਾਂ ਦਾ ਸਾਲ ਹੈ।
इस साल दे विच तुहाडियां तिजोरियां भरन जा रहीआं। इस साल दे विच जो कुछ भी तुसीं सोचिआ मन विच धारिआ सब परमेश्वर करन जा रहा ते लोकां नूं दस दिओ ते लोकी हाले लोहिआ कहिणा रुकदे नहीं, ताड़ियां वजदियां, लोकी नच्चण लग पैंदे खुशी दे नाल। खुदा दे दास दे नाल परमेश्वर ने गल कीती है ते उहने साडे तक पहुँचाती है। दोनों कहिंदे आ वी परमेश्वर ने साडे नाल गल कीती है। किदां पछाणोगे फिर उन्होंने को बाइबल है नहीं घर के जेडे फिर इन्होंने चीजा मगर लग जाते। शैतान का भी अपन गल कर लेते, शैतान का कोई रोल नहीं गा। शैतान ने जिहड़ा काम करना सी ना वो बाग यदन दे च कर दिता सीगा। उहनू हुण कोई ज़्यादा काम करन दी लोड़ नहीं, वो अपना बीज बीज गया सीगा ते अज तक साडे अंदर आ निकलिया नहीं। तौबा करन दे नाल जिहड़ा सिखाया नहीं ना जांदा अज चर्चा दे विच ओह इह आ जिहड़ी सिखण वाली गल आ। तौबा करन दे नाल साडे पाप माफ हुंदे आ। की हुंदे भला? तौबा करन दे नाल जिहड़ा असीं इकरार करदे ना कि मैं पापी हाँ, मैं गुनाह दे विच जीवन गुजारिया, मैनू अज तेरी रोशनी हुई तो पता लग गया भी मैनू तौबा की लोड़ है। तो खुदा ने वचन च वायदा करके दिता जिहड़ा तौबा करूगा उहदे गुनाह माफ किते जाणगे। हुण गुनाह माफ होए, तौबा दे नाल गुनाह माफ होया, पुराना मनुख पुराने मनुख का सुभाव नहीं खत्म होया। शरीर की जिहड़ी इच्छा ना वह नहीं खत्म हुई, पाप माफ हो जाते हैं। वह परमेश्वर ने वायदा किया जिहड़ा मसीह यीशु के नाम के इकरार करके तौबा करेगा ना वो पाप 100% माफ होणगे। वायदा ना कहिंदा बाद दुबारा कभी उन्हां पापां नूं तो मैं चेते करांगा नहीं जिहड़े माफ कर दिते। तो हुण पाप माफ होए आ, पर पुराना जिहड़ा सुभाव है ना साडा वो पुराना मनुख वो दूसरा मनुख वो अजे भी साडे अंदर ही है। तो जो पाप करन वाला साडे अंदर है तो हुण असीं कहिंदे वी मैनूं पवित्र आत्मा मिल गया। तो की जो पवित्र आत्मा साडे अंदर आउंदा तो फिर पुराना सुभाव निकल जांदा कि नहीं? हाँ जी, मैं एक गल करदा पिया हुण तो परमेश्वर आ गया ना पवित्र आत्मा के रूप दे विच। एक गुनहगार ने तौबा की, वह वायदे के अनुसार उन्हें उहदे पाप नूं माफ किया, पवित्र आत्मा वचन के बीज नूं लैके उहदे अंदर आ गया ते उन्हें पाया नवा जन्म। नवा जन्म पाउण दे बावजूद पुराना मनुख अजे भी उहदे अंदर। मिसाल दे तौर दे उत्ते एक कमरा आ वह गंदगी दे नाल भरिया होया, बेतहाशा चीज़ां दे नाल भरिया होया, ते नेरा आ कमरे दे विच। जिहड़ा कोई जाऊगा ठोकर खा के डिग पऊगा क्योंकि उहनूं पता नहीं कमरे च की पिया। हुण रोशनी दा इंतजाम उत्थे कर दिता जावे ते कल्ली कल्ली गंदगी जिहड़ी आ दिसण लग पऊगी। ते की रोशनी जिहड़ी आ रोशनी होण दे नाल रोशनी गंदगी नूं बाहर कढ दो? हाँ जी, अज इंसान पता की चाहता? एक कहता प्रकाश भी तू ही किया तो गंदगी भी तू ही साफ कर। असि सारा कुछ की करते रब दे सुट दें, काम असि अपनी इच्छा के ना कोई शुरू करते हैं तो की कहने भी ये हुण तेरी जिम्मेवारी है भी तू चला। प्रभु जिम्मेवारी लूगा जे काम तुसी प्रभु की इच्छा के नाल उहदे कोलों पुछ के शुरू किया फिर उहदी जिम्मेवारी।
ਉਹਨੇ ਕੋਈ ਤੁਹਾਨੂੰ ਸਾਈਨ ਦਿੱਤਾ ਫਿਰ ਉਹਦੀ ਜ਼ਿੰਮੇਵਾਰੀ ਹੈ। ਅਤੇ ਜੇ ਤੁਸੀਂ ਆਪਣੀ ਮਰਜ਼ੀ ਨਾਲ ਕਰਕੇ ਤਾਂ ਫਿਰ ਭਾਵੇਂ ਰੱਖੀ ਰੱਖੋ ਰੋਜੇ, ਬੈਠੇ ਰਹੋ ਭੁੱਖੇ ਸਾਰੀ ਜ਼ਿੰਦਗੀ, ਵੀ ਭੁੱਖੇ ਬੈਠੇ ਰਹੋਗੇ ਉਹਨੇ ਨਹੀਂ ਸੁਣਨੀ। ਕਿਉਂ? ਕਿਉਂਕਿ ਅਸੀਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹਦੀ ਸਲਾਹ ਲਈ ਨਹੀਂ। ਕਿੱਡਾ ਵੀ ਨਬੀ ਹੋਵੇ ਉਹਦਾ, ਕਿੱਡਾ ਵੀ ਉਹਦਾ ਭਗਤ ਹੋਵੇ, ਕਿੱਡਾ ਵੀ ਉਹਦਾ ਅਜ਼ੀਜ਼ ਹੋਵੇ, ਜੇ ਸਲਾਹ ਨਹੀਂ ਨਾ ਲੈਂਦਾ ਕੰਮ ਕਰਨ ਤੋਂ ਪਹਿਲਾਂ, ਤਾਂ ਪਰਮੇਸ਼ੁਰ ਉਹਦੇ ਨਾਲ ਚੱਲਦਾ ਨਹੀਂ ਇੱਕ ਕਦਮ ਵੀ। ਮੈਂ ਦੱਸਿਆ ਨਾ ਕਈ ਵਾਰੀ ਕਿ ਅਬਰਾਹਮ ਜਿੱਥੇ ਰਹਿੰਦਾ ਉੱਥੇ ਕਾਲ ਪੈ ਗਿਆ, ਪਰਮੇਸ਼ੁਰ ਦੇ ਕਹਿਣ ਦੇ ਉੱਤੇ ਆਪਣਾ ਘਰ ਬਾਰ ਸਭ ਕੁਛ ਛੱਡ ਕੇ ਆਇਆ। ਐਡਾ ਭਰੋਸਾ ਵੀ ਹੈ ਪਰਮੇਸ਼ੁਰ ਦੇ ਉੱਤੇ, ਪਰਮੇਸ਼ੁਰ ਦੇ ਨਾਲ ਨਾਲ ਚੱਲਦਾ। ਪਰਮੇਸ਼ੁਰ ਨੇ ਉਹ ਸਾਰਾ ਦੇਸ਼ ਵੀ ਦਿਖਾ ਦਿੱਤਾ ਜਿਹਦੇ ਦੇਣ ਦਾ ਪਰਮੇਸ਼ੁਰ ਨੇ ਵਾਅਦਾ ਕੀਤਾ। ਅੱਜ ਉਹਦੀ ਸੰਤਾਨ ਉਸੇ ਦੇਸ਼ ਵਿੱਚ ਕਬਜ਼ਾ ਕਰਕੇ ਬੈਠੀ ਹੈ 3500 ਸਾਲਾਂ ਤੋਂ ਉੱਥੇ ਬੈਠੇ ਆ। ਕਈ ਵਾਰੀ ਪਰਮੇਸ਼ੁਰ ਉਹਨਾਂ ਵਿੱਚੋਂ ਉਹਨਾਂ ਕੱਢਿਆ, ਫਿਰ ਲਿਆ ਦਿੱਤਾ, ਉੱਥੇ ਵਸਾ ਦਿੱਤਾ, ਕਿਉਂਕਿ ਅਬਰਾਹਮ ਦੇ ਨਾਲ ਹੀ ਵਾਅਦਾ ਸੀ। ਇੰਨਾ ਕੁਛ ਕਰਨ ਦੇ ਬਾਵਜੂਦ ਅਬਰਾਹਮ ਦੇ ਨਾਲ ਇੰਨਾ ਚੱਲਿਆ, ਅਬਰਾਹਮ ਨੂੰ ਦੇਸ਼ ਦਿਖਾਇਆ, ਅਬਰਾਹਮ ਨੇ ਪੂਰਾ ਦੇਸ਼ ਦੀ ਪਰਿਕਰਮਾ ਕੀਤੀ, ਘੁੰਮ ਫਿਰ ਕੇ ਬਾਹਰ ਆ ਕੇ ਤੰਬੂ ਲਾ ਕੇ ਬਹਿ ਵੀ ਗਿਆ, ਫਿਰ ਕਾਲ ਪੈ ਗਿਆ। ਕਾਲ ਜਦੋਂ ਪੈ ਗਿਆ ਤਾਂ ਫਿਰ ਲਿਖਿਆ ਵੀ ਖਾਣ ਪੀਣ ਦਾ ਜਿਹੜਾ ਸਿਸਟਮ ਸੀ ਉਹ ਜਦੋਂ ਨਾ ਦੇਖਿਆ ਤਾਂ ਫਿਰ ਉਹ ਮਿਸਰ ਵੱਲ ਨੂੰ ਤੁਰ ਪਿਆ। ਅਤੇ ਮਿਸਰ ਵਿੱਚ ਵੜਨ ਤੋਂ ਪਹਿਲਾਂ ਮਿਸਰ ਦੀ ਹੱਦ ਉੱਤੇ ਬੈਠ ਕੇ ਅਤੇ ਆਪਣੀ ਘਰਵਾਲੀ ਦੇ ਨਾਲ ਇੱਕ ਸਲਾਹ ਕਰਦਾ, ਕਹਿੰਦਾ ਵੀ ਤੂੰ ਰੂਪਵੰਤੀ ਖੂਬਸੂਰਤ ਔਰਤ ਆ, ਅਤੇ ਜੇ ਆਪਾਂ ਇਸ ਦੇਸ਼ ਦੇ ਵਿੱਚ ਵੜੇ ਨਾ ਤਾਂ ਉੱਥੋਂ ਦੇ ਲੋਕ ਇੱਦਾਂ ਕਰਨਗੇ ਵੀ ਤੈਨੂੰ ਰੱਖ ਲੈਣਗੇ ਅਤੇ ਮੈਨੂੰ ਮਾਰ ਦੇਣਗੇ। ਹੁਣ ਜੇ ਤੂੰ ਚਾਹੁੰਦੀ ਨਾ ਵੀ ਮੈਂ ਜਿਉਂਦਾ ਰਹਾਂ ਤਾਂ ਫਿਰ ਤੂੰ ਇੱਦਾਂ ਕਰੀ ਵੀ ਅਗਰ ਅੰਦਰ ਜਾ ਕੇ ਉਹ ਪੁੱਛਣ ਨਾ ਵੀ ਤੂੰ ਕੌਣ ਹੈ, ਤੂੰ ਕਹਿ ਦੇ ਮੈਂ ਅਬਰਾਹਮ ਦੀ ਭੈਣ ਹਾਂ। ਉਹ ਕਹਿੰਦੀ ਠੀਕ ਹੈ, ਹੁਣ ਕੌਣ ਜੋ ਔਰਤ ਜਾਊਗੀ, ਮੇਰਾ ਪਤੀ ਮਰ ਜਾਵੇ। ਤਾਂ ਅਗਲੀ ਕਹਿੰਦੀ ਠੀਕ ਹੈ ਜੀ, ਜੇ ਇਸ ਕੰਡੀਸ਼ਨ ਦੇ ਵਿੱਚ ਤੁਹਾਡੀ ਜਾਨ ਬਚ ਸਕਦੀ ਹੈ ਤਾਂ ਮੈਂ ਜ਼ਰੂਰ ਕਹੂੰਗੀ ਵੀ ਮੇਰਾ ਭਰਾ ਹੈ। ਮਿਸਰ 'ਚ ਚਲੇ ਗਏ, ਲੋਕਾਂ ਨੇ ਪੁੱਛਿਆ ਕੌਣ ਹੈ, ਕਹਿੰਦੇ ਅਸੀਂ ਤਾਂ ਭੈਣ ਭਰਾ ਹਾਂ। ਅਤੇ ਬਾਦਸ਼ਾਹ ਨੂੰ ਕਿਸੇ ਜਾ ਕੇ ਦੱਸਿਆ ਵੀ ਜਿਹੜਾ ਮਨੁੱਖ ਤੁਹਾਡੇ ਸ਼ਰਨ ਲਈ ਨਾ ਉਹ ਉਹਦੀ ਪਤਨੀ ਬੜੀ ਖੂਬਸੂਰਤ ਹੈ, ਅਤੇ ਬਾਦਸ਼ਾਹ ਕਹਿੰਦਾ ਵੀ ਉਹਨੂੰ ਮੇਰੀ ਪਤਨੀ ਬਣਾਉਣ ਦੇ ਲਈ ਲਿਆ। ਹੁਣ ਬਾਦਸ਼ਾਹ ਤੱਕ ਉਹ ਔਰਤ ਨੂੰ ਪਹੁੰਚਾਇਆ ਹੈਗਾ ਕਾਹਦੇ ਲਈ ਭਲਾ, ਇਸ ਬੰਦੇ ਨੇ ਝੂਠ ਬੋਲਿਆ। ਬਾਅਦ 'ਚ ਆਪਣੀਆਂ ਸਫਾਈਆਂ ਦਿੱਤੀਆਂ ਬਾਈਬਲ 'ਚ ਇਸ ਚੀਜ਼ 'ਤੇ ਬੜੀ ਲੋਕ ਡਿਬੇਟ ਕਰਦੇ ਆ ਵੀ ਨਹੀਂ ਜੀ ਅਬਰਾਹਮ ਨੇ ਝੂਠ ਨਹੀਂ ਸੀ ਬੋਲਿਆ। ਅਬਰਾਹਮ ਨੇ ਕਲੀਅਰ ਕੀਤਾ ਹੈ ਵੀ ਇਹ ਮੇਰੇ ਪਿਤਾ ਦੀ ਜਿਹੜੀ ਨਾ ਰਿਸ਼ਤੇ ਤੋਂ ਮਤਲਬ ਉਹ ਆਪਣੀ ਸਫਾਈ ਦਿੰਦਾ ਵੀ ਇਹ ਮੇਰੀ ਮਾਂ ਦੀ ਕੁੱਖੋਂ ਨਹੀਂ ਜਨਮੀ, ਠੀਕ ਹੈ, ਪਰ ਮੇਰੇ ਪਿਤਾ ਦੇ ਵੰਸ਼ ਹੋਣ ਦਾ ਕਰਕੇ ਕੀ ਹੈ ਮੇਰੀ ਭੈਣ ਹੈ। ਸੋ ਕਹਿੰਦੇ ਕਹਿਣ ਤੋਂ ਮੁਰਾਦ ਸੀਗਾ ਵੀ ਮੈਂ ਝੂਠ ਨਹੀਂ ਬੋਲਿਆ। ਅਬਰਾਹਮ ਦੱਸਣਾ ਕੀ ਚਾਹੁੰਦਾ ਉੱਥੇ ਕਿ ਮੈਂ ਝੂਠ ਝੂਠ ਆਪਣੀ ਸਫਾਈ ਦਿੰਦਾ, ਅਤੇ ਉਹ ਵੀ ਬਾਅਦ ਕਹਿੰਦਾ ਕਹਿੰਦਾ ਵੀ ਭਰਾਵਾ ਤੂੰ ਆਪਣੀ ਭੈਣ ਨੂੰ ਲੈ ਤੇ ਇੱਥੋਂ ਨਿਕਲ ਜਾ ਫਿਰ। ਅਤੇ ਇਹਨਾਂ ਚੀਜ਼ਾਂ ਲੈ ਕੇ ਲੋਕ ਡਿਬੇਟ ਵੀ ਕਰਦੇ, ਨਹੀਂ ਉਹਨੇ ਝੂਠ ਨਹੀਂ ਸੀ ਬੋਲਿਆ, ਬਾਅਦ 'ਚ ਉਹਨੇ ਕਿਹਾ ਵੀ ਆਪਣੀ ਭੈਣ ਲੈ ਕੇ ਨਿਕਲ ਜਾਈਏ ਉਹ। ਪਰ ਸਾਡਾ ਸਵਾਲ ਇਹ ਨਹੀਂ ਕਿ ਉਹ ਕਿਸ ਤਰੀਕੇ ਦੇ ਨਾਲ ਭੈਣ ਭਰਾ ਸੀਗੇ ਅਤੇ ਕਿਸ ਤਰੀਕੇ ਨਾਲ ਭੈਣ ਭਰਾ ਨਹੀਂ ਸੀ, ਕਿਉਂਕਿ ਇਹ ਸ਼ਰੀਅਤ ਆਈ ਨਹੀਂ ਸੀ। ਅਤੇ ਜਦੋਂ ਤੱਕ ਸ਼ਰੀਅਤ ਆਈ ਨਹੀਂ ਸੀ ਉਦੋਂ ਭੈਣ ਭਰਾ ਦੇ ਰਿਸ਼ਤੇ ਦੀ ਵੈਲਿਊ ਦਾ ਪਤਾ ਨਹੀਂ ਸੀ। ਪਰ ਬੰਦੇ ਦਾ ਵਿਵੇਕ ਕੰਮ ਕਰਦਾ ਸੀ, ਉਹਨੂੰ ਭਲੇ ਅਤੇ ਬੁਰੇ ਦੀ ਪਛਾਣ ਸੀ, ਉਹਨੂੰ ਰਿਸ਼ਤਿਆਂ ਦੀ ਵੀ ਪਹਿਚਾਣ ਸੀ। ਸ਼ਰੀਅਤ ਆਈ ਤਾਂ ਪਤਾ ਲੱਗ ਗਿਆ ਵੀ ਕਿੱਥੇ ਤੁਸੀਂ ਸ਼ਾਦੀ ਕਰ ਸਕਦੇ ਹੋ ਅਤੇ ਕਿੱਥੇ ਸ਼ਾਦੀ ਨਹੀਂ ਕਰ ਸਕਦੇ। ਆਪਣੇ ਖੂਨ ਦੇ ਵਿੱਚ ਸ਼ਾਦੀ ਨਹੀਂ ਕਰ ਸਕਦੇ, ਮੀਨਜ਼ ਮਤਲਬ ਇੱਕ ਮਾਂ ਪਿਓ 'ਤੇ ਜੇ ਤੁਸੀਂ ਪੈਦਾ ਹੋਏ ਤਾਂ ਫਿਰ ਉੱਥੇ ਤੁਹਾਡੀ ਸ਼ਾਦੀ ਨਹੀਂ ਹੋ ਸਕਦੀ, ਬਾਕੀ ਤੁਸੀਂ ਰਿਸ਼ਤੇਦਾਰੀਆਂ 'ਚ ਸ਼ਾਦੀ ਕਰ ਸਕਦੇ ਹੈ। ਲੇਕਿਨ ਅਬਰਾਹਮ ਨੇ ਜਿਹੜਾ ਇਹ ਪਲਾਨਿੰਗ ਕੀਤੀ ਨਾ, ਸਾਡਾ ਵਿਸ਼ਾ ਉਹ ਆ, ਪਲਾਨਿੰਗ ਕੀ ਆ ਵੀ ਮੈਂ ਮਰ ਸਕਦਾ ਜੇ ਤੂੰ ਇੱਦਾਂ ਨਾ ਕਿਹਾ। ਅਤੇ ਉਹਨੇ ਫਿਰ ਕਿਹਾ ਠੀਕ ਆ, ਉਹਨੇ ਇਹਨੂੰ ਸਾਰੀਆਂ ਚੀਜ਼ਾਂ ਨਾਲ ਨਵਾਜਿਆ, ਬਾਦਸ਼ਾਹ ਨੇ ਵੀ ਉਹਨੂੰ ਦਿਓ। ਹੁਣ ਰਾਜੇ ਦੀ ਤਾਂ ਨਜ਼ਰ ਆ ਗਈ ਉਹਦੀ ਔਰਤ ਦੇ ਉੱਤੇ, ਅਗਰ ਪਰਮੇਸ਼ੁਰ ਵਿੱਚ ਨਾ ਆਉਂਦਾ ਅਤੇ ਉਹ ਅਗਰ ਅਪਵਿੱਤਰ ਹੋ ਜਾਂਦੀ ਤਾਂ ਉਹਦਾ ਜ਼ਿੰਮੇਵਾਰ ਕੌਣ ਸੀ? ਸਾਰਾ ਦੇ ਲਈ ਪਰਮੇਸ਼ੁਰ ਦੀ ਕਿੱਡੀ ਵੱਡੀ ਯੋਜਨਾ ਸੀ, ਅਤੇ ਜੇ ਉਹ ਅਪਵਿੱਤਰ ਹੁੰਦੀ ਤਾਂ ਯੋਜਨਾ ਅੱਗੇ ਨਹੀਂ ਸੀ ਬਸ। ਅਬਰਾਹਮ ਨੇ ਤਾਂ ਪਾਤਾ ਨਾ ਮੁਸੀਬਤ ਵਿੱਚ ਆਪਣੀ ਘਰ ਵਾਲੀ, ਹਾਂਜੀ, ਅਤੇ ਪਰਮੇਸ਼ੁਰ ਨੂੰ ਵੀ ਲਿਹਾਜ਼ ਕੀਤਾ ਨਹੀਂ। ਫਿਰ ਅਬਰਾਹਮ ਤੋਂ ਪੈਰਾਂ ਤਾਂ ਕੋਈ ਨਹੀਂ, ਇਮਾਨਦਾਰਾਂ ਦਾ ਬਾਪ ਕਹਿੰਦਾ ਧਰਤੀ ਉੱਤੇ ਜਿੰਨੇ ਲੋਕ ਵੀ ਪਰਮੇਸ਼ੁਰ 'ਤੇ ਵਿਸ਼ਵਾਸ ਕਰਨਗੇ ਤੂੰ ਉਹਨਾਂ ਦਾ ਬਾਪ ਸਦਾਏਗਾ। ਉਸ ਸ਼ਖਸ ਦੀ ਅਸੀਂ ਗੱਲ ਕਰਦੇ ਪਏ ਹਾਂ
ਤੇ ਅਸੀਂ ਸਾਡਾ ਸਵਾਲ ਸੀਗਾ ਵੀ ਯਸ ਮਸੀਹ ਕਹਿੰਦਾ ਵੀ ਮੇਰੀਆਂ ਭੇਡਾਂ ਨੂੰ ਮੇਰੇ ਹੱਥ 'ਚੋਂ ਕੋਈ ਖੋ ਨਹੀਂ ਸਕਦਾ ਤਾਂ ਅਸੀਂ ਪਰ ਇਹ ਗਲਤੀ ਅਬਰਾਹਮ ਦੇ ਕੋਲੋਂ ਪਰਮੇਸ਼ਵਰ ਨੇ ਹੋਣ ਦਿੱਤੀ ਹੈ, ਕਰਵਾਈ ਨਹੀਂ। ਪਰਮੇਸ਼ਵਰ ਨੇ ਗਲਤੀ ਅਬਰਾਹਮ ਕੋਲੋਂ ਕਰਵਾਈ ਨਹੀਂ, ਪਰਮੇਸ਼ਵਰ ਨੇ ਗਲਤੀ ਅਬਰਾਹਮ ਦੇ ਕੋਲੋਂ ਹੋਣ ਦਿੱਤੀ ਤਾਂ ਕਿ ਸਾਡੇ ਲਈ ਸਬਕ ਬਣੇ, ਤਾਂ ਕਿ ਜਿਹੜੀ ਅਸਲੀ ਭਗਤੀ ਸ਼ੁਰੂ ਹੋਣ ਵਾਲੀ ਨਾ ਉਹਦੇ 'ਚ ਜਾ ਕੇ ਅਸੀਂ ਇਹ ਗਲਤੀ ਨਾ ਕਰੀਏ। ਜਿਸ ਭਗਤੀ ਨੂੰ ਯਸ ਮਸੀਹ ਕਹਿੰਦਾ ਹੈ ਬੀਬੀ ਉਹ ਸਮਾਂ ਆਉਂਦਾ ਸਗੋਂ ਹੁਣੇ ਹੀ ਆ, ਉਹਦੇ ਸੱਚੇ ਆਰਾਧਕ ਆਤਮਾ ਅਤੇ ਸੱਚਾਈ ਦੇ ਨਾਲ ਉਹਦੀ ਇਬਾਦਤ ਕਰਨਗੇ। ਭਗਤੀ ਸ਼ੁਰੂ ਹੋਣੀ ਸੀ, ਇਸ ਭਗਤੀ ਦਾ ਸਮਾਂ ਜਦੋਂ ਸ਼ੁਰੂ ਹੋਣਾ ਸੀ ਨਾ, ਇਸ ਭਗਤੀ ਨੂੰ ਕਰਨ ਵਾਲਿਆਂ ਦੇ ਲਈ ਇਹ ਸਾਰੇ ਲੋਕਾਂ ਦੀਆਂ ਗਲਤੀਆਂ ਇੱਕ ਸਬਕ ਸੀ। ਦਾਊਦ ਨੂੰ ਪਰਮੇਸ਼ਵਰ ਰੋਕ ਸਕਦਾ ਸੀ, ਪਰ ਦਾਊਦ ਨੂੰ ਗਲਤੀ ਕਰਨ ਤੋਂ ਰੋਕਿਆ ਨਹੀਂ। ਸਮਸੂਨ ਨੂੰ ਪਰਮੇਸ਼ਵਰ ਰੋਕ ਸਕਦਾ ਸੀ, ਪਰ ਉਹਨੂੰ ਗਲਤੀ ਕਰਨ ਤੋਂ ਰੋਕਿਆ ਨਹੀਂ। ਇੱਦਾਂ ਕਈ ਨਬੀਆਂ ਦੇ ਕੋਲੋਂ ਗਲਤੀਆਂ ਹੋਈਆਂ ਅਤੇ ਉਹਨਾਂ ਨੂੰ ਗਲਤੀ ਕਰਨ ਤੋਂ ਪਰਮੇਸ਼ਵਰ ਨੇ ਰੋਕਿਆ ਨਹੀਂ। ਅਤੇ ਇਹ ਵੀ ਨਹੀਂ ਕਿ ਪਰਮੇਸ਼ਵਰ ਨੇ ਉਹਨਾਂ ਕੋਲ ਗਲਤੀ ਕਰਵਾਈ, ਉਹਨਾਂ ਦੀਆਂ ਗਲਤੀਆਂ ਸਾਡੇ ਲਈ ਸਬਕ ਬਣੇ ਅਤੇ ਉਹਦੇ ਤੋਂ ਅਸੀਂ ਕੁਛ ਸਿੱਖ ਸਕੀਏ। ਹੁਣ ਪਰਮੇਸ਼ਵਰ ਵਿੱਚ ਆ ਗਿਆ ਅਤੇ ਉਹਦੀ ਔਰਤ ਦੀ ਇੱਜ਼ਤ ਬਚ ਗਈ, ਨਹੀਂ ਤਾਂ ਉਹ ਕਲੰਕਿਤ ਹੋ ਜਾਣੀ ਸੀ ਅਤੇ ਪਰਮੇਸ਼ਵਰ ਨੂੰ ਫਿਰ ਕਿਸੇ ਨਵੇਂ ਇਨਸਾਨ ਤੋਂ ਆਪਣੀ ਯੋਜਨਾ ਨੂੰ ਸ਼ੁਰੂ ਕਰਨਾ ਪੈਣਾ ਸੀ। ਕਿਉਂਕਿ ਇਹ ਜਿਹੜਾ ਵੰਸ਼ ਚੱਲਣਾ ਸੀ ਨਾ, ਇਹ ਮਸੀਹ ਦਾ ਵੰਸ਼ ਹੋਣਾ ਸੀ। ਕਹਿੰਦਾ ਤੇਰੇ ਵਿੱਚ ਦੁਨੀਆਂ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ। ਕਿਹਦੇ ਵਿੱਚ? ਅਬਰਾਹਮ ਦੇ ਵਿੱਚ। ਅਬਰਾਹਮ ਦੇ ਘਰਾਣਾ ਚੱਲਿਆ ਅਤੇ ਉਹਦੇ ਘਰਾਣੇ ਦੇ ਵਿੱਚੋਂ ਇੱਕ ਔਰਤ ਨੂੰ ਪਰਮੇਸ਼ਵਰ ਨੇ ਇਸਤੇਮਾਲ ਕੀਤਾ, ਜਿਹਦਾ ਨਾਮ ਮਰੀਅਮ ਸੀ, ਅਤੇ ਉਹਦੀ ਕੁੱਖ ਤੋਂ ਪਰਮੇਸ਼ਵਰ ਯਸੂ ਮਸੀਹ ਨੂੰ ਲੈ ਕੇ ਆਇਆ। ਯੋਜਨਾ ਛੋਟੀ ਥੋੜ੍ਹੀ, ਯੋਜਨਾ ਤਾਂ ਬੜੀ ਵੱਡੀ ਹੈ। ਅਤੇ ਉਹਨੂੰ ਫਿਰ ਕਲੰਕਿਤ ਹੋਣ ਤੋਂ ਪਰਮੇਸ਼ਵਰ ਨੇ ਆਪ ਬਚਾਇਆ। ਅਸੀਂ ਦੇਖਦੇ ਹਾਂ ਕਈਆਂ ਨੂੰ ਪਰਮੇਸ਼ਵਰ ਨੇ ਬਚਾ ਲਿਆ, ਕਈਆਂ ਨੂੰ ਫਿਰ ਮਰਨ ਵੀ ਦਿੱਤਾ। ਜਿਹਨਾਂ ਨੂੰ ਬਚਾਇਆ ਉਹ ਵੀ ਸਾਡੇ ਲਈ ਸਬਕ ਹੈ, ਅਤੇ ਜਿਹਨਾਂ ਨੂੰ ਮਰਨ ਦਿੱਤਾ ਫਿਰ ਉਹ ਵੀ ਸਬਕ ਹੀ ਹੈ। ਸਮਸੂਨ ਨੂੰ ਬਚਾਇਆ ਨਹੀਂ, ਮਾਫ ਕਰ ਦਿੱਤਾ, ਤਾਕਤ ਵੀ ਆ ਗਈ, ਦੁਸ਼ਮਣ ਸਾਰੇ ਮਰਵਾ ਵੀ ਦਿੱਤੇ, ਪਰ ਨਾਲ ਉਹ ਵੀ ਮਰਿਆ, ਉਹਨੂੰ ਨਹੀਂ ਬਚਾਇਆ। ਦਾਊਦ ਦੇ ਬਾਰੇ ਦੇਖਦੇ, ਦਾਊਦ ਦੇ ਅੱਗੇ ਉਹਨੇ 3 ਮੁਸੀਬਤਾਂ ਰੱਖ ਦਿੱਤੀਆਂ, ਅਤੇ ਫਿਰ ਪਰਮੇਸ਼ਰ ਆਪ ਹੀ ਪਿੱਛੇ ਉਹਨੇ ਆਪਣਾ ਹੱਥ ਖਿੱਚ ਲਿਆ। ਠੀਕ ਹੈ, ਸੋ ਇਹ ਚੀਜ਼ਾਂ ਸਾਡੇ ਲਈ ਕੀ ਹੈ? ਬੜਾ ਸਬਕ ਆ। ਅਸੀਂ ਹੁਣ ਦੇਖਣਾ ਵੀ ਇਹ ਅੱਜ ਨਾ ਇਹੋ ਚੀਜ਼ਾਂ ਗੁੰਮਰਾਹ ਕਰਦੇ ਆ ਲੋਕ। ਦੇਖੋ, ਤੁਸੀਂ ਤੌਬਾ ਕਰ ਲਈ ਹੈ, ਤੁਸੀਂ ਬਪਤਿਸਮਾ ਲੈ ਲਿਆ ਹੈ, ਤੁਹਾਨੂੰ ਪਵਿੱਤਰ ਆਤਮਾ ਮਿਲ ਗਿਆ ਹੈ, ਤੁਸੀਂ ਗੈਰ ਜ਼ਬਾਨ ਦੇ ਵਿੱਚ ਫਰਿਸ਼ਤਿਆਂ ਦੀ ਭਾਸ਼ਾ ਦੇ ਵਿੱਚ ਤੁਸੀਂ ਪ੍ਰਾਰਥਨਾ ਕਰਨ ਲੱਗ ਪਏ ਹੋ, ਹੁਣ ਤੁਸੀਂ ਪਰਮੇਸ਼ਵਰ ਦੀਆਂ ਭੇਡਾਂ ਬਣ ਗਏ ਹੋ, ਹੁਣ ਤੁਹਾਨੂੰ ਪਰਮੇਸ਼ਵਰ ਦੇ ਹੱਥ ਦੇ ਵਿੱਚੋਂ ਕੋਈ ਖੋ ਸਕਦਾ ਨਹੀਂ। ਮੀਨਜ਼ ਕੀ ਆ? ਹੁਣ ਤੁਹਾਡੀ ਨਜ਼ਾਤ ਦਾ ਸਰਟੀਫਿਕੇਟ ਤੁਹਾਨੂੰ ਮਿਲ ਗਿਆ ਹੈ। ਅਤੇ ਯਸੂ ਮਸੀਹ ਕਹਿ ਕੇ ਗਿਆ, ਮੈਂ ਜਾਂਦਾ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ, ਸਰਟੀਫਿਕੇਟ ਤੁਹਾਨੂੰ ਦੇ ਗਿਆ, ਅਤੇ ਉਹਨੇ ਘੋੜੇ 'ਤੇ ਸਵਾਰ ਹੋ ਕੇ ਆਉਣਾ ਤੁਹਾਨੂੰ ਲੈ ਆਉਣਾ। ਅਤੇ ਜੇ ਇੰਨਾ ਹੀ ਕੰਮ ਸੀਗਾ, ਫਿਰ ਚਰਚ ਦੀ ਲੋੜ ਨਹੀਂ ਸੀ, ਫਿਰ ਸਿੱਖਿਆ ਦੀ ਲੋੜ ਨਹੀਂ ਸੀ, ਫਿਰ ਇਹ 66 ਕਿਤਾਬਾਂ ਦੀ ਬਣਾਈ ਹੋਈ ਇੱਕ ਬਾਈਬਲ ਦੀ ਵੀ ਲੋੜ? ਜੇ ਕੰਮ ਇੰਨਾ ਸੌਖਾ ਸੀ ਤਾਂ ਇਹਦੇ 'ਚ ਲਿਖ ਕੇ ਦਿੱਤਾ, ਗਿਆਨ ਦੀ ਕਮੀ ਦੇ ਕਾਰਨ ਮੇਰੇ ਲੋਕ ਨਾਸ਼ ਹੋਣਗੇ। ਕਾਹਦੇ ਕਾਰਨ? ਹੁਣ ਇਹਦੇ ਪਰ ਭੇਡ ਬਣ ਗਏ ਆ, ਭੇਡ ਨੂੰ ਜੇ ਗਿਆਨ ਨਹੀਂ ਤਾਂ ਕੀ ਹੋਊਗਾ ਭਲਾ? ਭੇਡ ਦੀ ਆਦਤ ਆ ਨਾ, ਇਹਦੀ ਇੱਕ ਮਜਬੂਰੀ ਆ, ਰੱਸੀ ਰੱਖ ਦਿਓ ਇੱਕ, ਅਤੇ ਇੱਕ ਭੇਡ ਨੂੰ ਉੱਤੋਂ ਟਪਾ ਦਿਓ ਅਤੇ ਰੱਸੀ ਚੁੱਕ ਲਓ, ਬਾਕੀਆਂ ਨੇ ਤੁਰ ਕੇ ਨਹੀਂ ਜਾਣਾ। ਹਾਂਜੀ, ਇੱਕ ਤੇ ਰੱਸੀ ਰੱਖੀ ਨਾ, ਉਹ ਤੇ ਟੱਪ ਗਈ ਹੈ, ਹੁਣ ਰੱਸੀ ਤੁਸੀਂ ਚੁੱਕ ਲਈ ਹੈ, ਪਰ ਪਿੱਛੇ ਜੇ 99 ਹੈਗੀਆਂ ਸਾਰੀਆਂ ਟੱਪ ਕੇ ਜਾਣਾ ਉੱਥੋਂ, ਕਿਉਂਕਿ ਇੱਕ ਟੱਪ ਕੇ ਗਈ ਸੀ। ਸਾਡੀ ਆਦਤ ਵੀ ਉਹੀ ਹੈ, ਅੱਜ ਟੱਪਣ ਦੇ ਨਾ ਚਰਚਾਂ ਦੇ ਵਿੱਚ, ਹੈ ਨਾ, ਅੱਜ ਟੱਪਦੇ ਆ ਨਾ, ਕਾਹਦੇ ਲਈ ਭਲਾ? ਉਹ ਜੀ ਬਾਈਬਲ 'ਚ ਇੱਕ ਟੱਪਿਆ ਸੀ, ਉਦਾਹਰਣ ਫਿਰ ਕਿਹਦੀ ਦਿੰਦੇ ਭਲਾ?
ਦੌਜ ਦੀ ਉਹ ਜੀ ਇੱਕ ਟੱਪਿਆ ਸੀਗਾ ਤਾਂ ਕਰਕੇ ਹੁਣ ਅਸੀਂ ਵੀ ਟੱਪਣਾ ਹੈ। ਉਹ ਕਿਉਂ ਟੱਪਿਆ ਸੀ, ਉਹਦੇ ਟੱਪਣ ਦੀ ਵਜ੍ਹਾ ਕੀ ਸੀਗੀ, ਉਹਦੇ ਟੱਪਣ ਦੇ ਪਿੱਛੇ ਦਾ ਰੀਜ਼ਨ ਕੀ ਸੀਗਾ, ਇਸ ਚੀਜ਼ ਨਾਲ ਉਹਨਾਂ ਨੂੰ ਕੋਈ ਲੈਣਾ ਦੇਣਾ ਸੀਗਾ। ਉਹਨਾਂ 'ਤੇ ਇਹ ਪਤਾ ਵੀ ਇੱਕ ਟੱਪਿਆ ਸੀ ਅਤੇ ਹੁਣ ਅਸੀਂ ਜੇ ਨਾ ਟੱਪੇ ਤਾਂ ਫਿਰ ਅਸੀਂ ਭੇੜ ਨਹੀਂ। ਇੰਨੀ ਕੁ ਗੱਲ ਹੀ ਹੈ। ਪਰਮੇਸ਼ੁਰ ਦੀ ਕਲੀਸੀਆ ਕੋਈ ਕਲੱਬ ਥੋੜ੍ਹੀ ਹੈ, ਇੱਕ ਡਾਂਸ ਕਲੱਬ ਨੀਗਾ। ਜਦੋਂ ਉਹਨੇ ਕਿਹਾ ਨਾ ਮੇਰਾ ਜਲਾਲ ਪਹਾੜ ਦੇ ਉੱਤੇ ਉਤਰਨਾ ਅਤੇ ਪਹਾੜ ਦੇ ਅੱਗੇ ਬਾੜਾ ਲਾ ਦਿਓ, ਕੋਈ ਡੰਗਰ ਵੀ ਕਿਤੇ ਲਾਗੇ ਛਾ ਕੇ ਉਹ ਸਾਥ ਦੇ ਵਿੱਚ ਆਇਆ ਤਾਂ ਮਾਰ ਦਊਂਗਾ। ਲੋਕਾਂ ਨੇ ਜਦੋਂ ਸਿਸਟਮ ਦੇਖਿਆ ਨਾ, ਉਹਨਾਂ ਨੇ ਮੂਸਾ ਦੇ ਅੱਗੇ ਜੋੜੇ ਹੱਥ, ਕਹਿੰਦੇ ਭਾਈ ਤੂੰ ਸਾਨੂੰ ਲੈ ਕੇ ਆਇਆ, ਤੇਰੇ ਅੱਗੇ ਬੇਨਤੀ ਹੈ ਸਾਡੀ, ਆਹ ਜਿਹੜਾ ਰੱਬ ਗੱਲ ਕਰਨ ਡਿਆ ਨਾ ਇਹਦੀ ਆਵਾਜ਼ ਅਸੀਂ ਨਹੀਂ ਸੁਣ ਸਕਦੇ, ਅਸੀਂ ਮਰ ਜਾਣਾ, ਇਸ ਕਰਕੇ ਤੂੰ ਹੀ ਅੱਗੇ ਜਾ, ਤੂੰ ਇਹਦੇ ਨਾਲ ਜਾ ਕੇ ਗੱਲ ਕਰ, ਇਹ ਜੋ ਕੁਛ ਕਹੂਗਾ ਬਾਅਦ ਜਾ ਕੇ ਸਾਨੂੰ ਸੁਣਾ ਦੇ, ਅਸੀਂ ਨਹੀਂ ਅਸੀਂ ਇਹਦੀ ਆਵਾਜ਼ ਨਹੀਂ ਸੁਣ ਸਕਦੇ, ਅਸੀਂ ਸੁਣਿਆ ਤਾਂ ਅਸੀਂ ਮਰ ਜਾਵਾਂਗੇ। ਇੰਨਾ ਡਰ ਅਤੇ ਇੰਨਾ ਭੈ ਲੋਕਾਂ ਦੇ ਵਿੱਚ। ਅੱਗੇ ਜਾ ਕੇ ਮੂਸਾ ਦੇ ਬਾਰੇ ਲਿਖਿਆ ਪਵਿੱਤਰ ਆਤਮਾ ਦੀ ਪ੍ਰੇਰਨਾ ਨਾਲ, ਮੂਸਾ ਵੀ ਕਹਿੰਦਾ ਕਹਿੰਦਾ ਜਦੋਂ ਮੈਂ ਗਿਆ ਨਾ ਉਹਨਾਂ ਗੱਲ, ਮੈਂ ਡਰਦਾ ਅਤੇ ਕੰਬਦਾ ਪਿਆ ਸੀ ਥਰ ਥਰ, ਵੀ ਮੈਂ ਭਸਮ ਕਰਨ ਵਾਲੀ ਅੱਗ ਦੇ ਵਿੱਚ ਜਾ ਰਿਹਾ, ਕਿਤੇ ਮੈਂ ਭਸਮ ਨਾ ਹੋ ਜਾਵਾਂ, ਇੰਨਾ ਡਰ ਸੀ। ਅੱਜ ਇਹਨਾਂ ਨਚੰਨੀਆਂ ਨੂੰ ਕੋਈ ਡਰ ਹੈਗਾ, ਕਿਹਦੀ ਹਜ਼ੂਰੀ ਦੇ ਵਿੱਚ ਆ ਕੋਈ ਡਰ ਹੈਗਾ? ਨਹੀਂ ਜੀ, ਅਸੀਂ ਤਾਂ ਖੁਸ਼ੀ ਮਨਾਉਣੀ ਹੈ ਜੀ, ਅਸੀਂ ਤਾਂ ਜਸ਼ਨ ਮਨਾਉਣਾ ਜੀ। ਕਿਸ ਚੀਜ਼ ਦੀ ਖੁਸ਼ੀ ਮਨਾ ਰਹੇ ਹੋ, ਕਿਸ ਚੀਜ਼ ਦਾ ਜਸ਼ਨ ਆ, ਕੋਈ ਐਕਸਪਲੇਨ ਕਰੋ। ਤੁਸੀਂ ਇੱਕ ਐਤਵਾਰ ਚਰਚ ਗਏ, ਉਸ ਤੋਂ ਬਾਅਦ 5 ਦਿਨ ਤੁਹਾਨੂੰ ਹੋਰ ਮਿਲੇ, ਬਲਕਿ 6 ਦਿਨ ਮਿਲੇ, 7ਵੇਂ ਦਿਨ ਤੁਸੀਂ ਫਿਰ ਸੰਡੇ ਨੂੰ ਚਰਚ 'ਚ ਗਏ ਹਾਂ। ਇਹਨਾਂ 6 ਦਿਨਾਂ ਦੇ ਵਿੱਚ ਤੁਸੀਂ ਐਸਾ ਕਿਹੜਾ ਕੰਮ ਕਰਕੇ ਆਏ ਹੋ ਕਿ ਚਰਚ 'ਚ ਟੱਪਦੇ ਹੋ? ਪਾਪ ਦੇ ਕਿਹੜੇ ਕੰਮ ਦੇ ਉੱਤੇ ਤੁਸੀਂ ਫਤਿਹ ਪਾ ਕੇ ਜੈ ਪਾ ਕੇ ਆਏ ਹੋ ਜਿਹੜਾ ਟੱਪਦੇ ਹੋ? ਕਿਹੜਾ ਮੋਰਚਾ ਤੁਸੀਂ ਫਤਿਹ ਕਰਕੇ ਆਇਓ ਜਿਹਦਾ ਕਰਕੇ ਟੱਪਦੇ ਹੋ? ਉਹਨਾਂ ਦਾ ਤਾਂ ਪਰਮੇਸ਼ੁਰ ਉਹਨਾਂ ਤੋਂ ਦੂਰ ਹੋ ਗਿਆ ਸੀ, ਉਹਨਾਂ ਨੂੰ ਤਾਂ ਨੇਮ ਦਾ ਸੰਦੂਕ ਲੱਭ ਪਿਆ, ਅਤੇ ਉਹਨਾਂ ਨੂੰ ਲੱਗਿਆ ਪਰਮੇਸ਼ੁਰ ਨੇ ਸਾਨੂੰ ਛੱਡਿਆ ਸੀ ਅਤੇ ਫਿਰ ਸਾਨੂੰ ਮਿਲ ਗਿਆ। ਉਹ ਤਾਂ ਦੌਦ 'ਤੇ ਇਸ ਲਈ ਪਲ ਭਰ ਦੇ ਲਈ ਉਹਨੇ ਖੁਸ਼ੀ ਦਾ ਇਜ਼ਹਾਰ ਕੀਤਾ। ਸਾਡੇ ਤੋਂ ਪਰਮੇਸ਼ੁਰ ਕਦੋਂ ਦੂਰ ਹੋਇਆ ਸੀ, ਅਤੇ ਜਾਂ ਅਸੀਂ ਕਦੋਂ ਪਰਮੇਸ਼ੁਰ ਦੇ ਲਾਗੇ ਆ ਗਏ ਜਿਹੜਾ ਅਸੀਂ ਟੱਪਦੇ ਹਾਂ? ਅਸੀਂ ਤਾਂ ਉਹ ਜਿਹੜਾ ਐਤਵਾਰ ਗਿਆ ਉਸ ਤੋਂ ਪਿਛਲੇ ਐਤਵਾਰ ਵੀ ਉੱਦਾਂ ਦੇ ਸੀਗੇ, ਅਤੇ ਉਹ ਜਿਹੜੇ ਐਤਵਾਰ ਆ ਕੇ ਅਸੀਂ ਟੱਪੇ ਉੱਦਣ ਵੀ ਅਸੀਂ ਉੱਦਾਂ ਦੇ ਸੀਗੇ, ਅੱਗਿਓਂ 6 ਦਿਨ ਹੋਰ ਗੁਜ਼ਰ ਗਏ, 7ਵੇਂ ਦਿਨ ਅਸੀਂ ਫਿਰ ਟੱਪਦੇ ਪਏ ਹਾਂ, ਅਸੀਂ ਹੈਗੇ ਫਿਰ ਉੱਦਾਂ ਦੇ ਹੀ ਹਾਂ। ਸਾਡੇ ਵਿੱਚ ਕਿਹੜਾ ਇਹੋ ਜਿਹਾ ਕੰਮ ਹੋਇਆ ਵੀ ਅਸੀਂ ਟੱਪਣਾ? ਸਿਰਫ ਕੀ ਹੈ ਕਾਰਨ ਕੀ ਹੈ? ਇੱਕ ਟੱਪ ਗਈ ਹੈ ਅਤੇ ਹੁਣ ਅਸੀਂ ਟੱਪਣਾ। ਅਖੇ ਮੇਰੀਅਮ ਨੇ ਡੱਪ ਲਿਆ ਅਤੇ ਉਹ ਵੀ ਨੱਚੀ ਸੀ ਅਤੇ ਗਾਇਆ ਸੀ ਉਹਨੇ, ਉਹ ਤਾਂ ਲਾਲ ਸਮੁੰਦਰ ਦਾ ਮੌਜ ਜਿਹਾ ਉਹਨਾਂ ਦੇ ਅੱਗੇ ਹੋਇਆ, ਅਤੇ ਉਹਦੇ ਕੋਲ ਇੱਕ ਖੁਸ਼ੀ ਦੀ ਵਜ੍ਹਾ ਆ। ਕੀ ਮਰੀਅਮ ਬਾਅਦ 'ਚ ਸਾਰੀ ਜ਼ਿੰਦਗੀ ਇੱਦਾਂ ਹੀ ਡੱਫ ਲੈ ਕੇ ਟੱਪਦੀ ਰਹੀ? ਕੋਈ ਇੱਦਾਂ ਦੀ ਵਜ੍ਹਾ ਨਹੀਂ। ਦੌਦ ਬਾਈਬਲ 'ਚ ਕਿੰਨੀ ਵਾਰੀ ਨੱਚਿਆ? ਕੋਈ ਇੱਦਾਂ ਦੀ ਵਜ੍ਹਾ ਨਹੀਂ। ਫਿਰ ਕਹਿੰਦੇ ਜ਼ਬੂਰਾਂ 'ਚ ਲਿਖਿਆ ਵੀ ਨੱਚਦੇ ਅਤੇ ਗਾਉਂਦੇ ਅਤੇ ਡੱਫ ਵਜਾਉਂਦੇ ਹੋਏ ਉਹਦੀ ਹਜ਼ੂਰੀ ਦੇ ਵਿੱਚ ਆਓ। ਠੀਕ ਹੈ, ਇਹ ਕਿਹੜਾ ਦੇ ਲਈ ਇਹ ਹੁਕਮ ਭਲਾ ਹੋ ਰਿਹਾ? ਕੌਣ ਕਹਿ ਰਿਹਾ ਹੈ? ਜ਼ਬੂਰ ਲਿਖਣ ਵਾਲਾ ਕੌਣ ਹੈ? ਜ਼ਬੂਰ ਲਿਖਣ ਦਾ ਵੇਲਾ ਕਿਹੜਾ ਹੈ? ਜ਼ਬੂਰ ਕਦੋਂ ਲਿਖਿਆ ਗਿਆ ਅਤੇ ਕਿਹੜਾ ਦੇ ਲਈ ਲਿਖਿਆ ਗਿਆ, ਅਤੇ ਜ਼ਬੂਰ ਦੇ ਵਿੱਚ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ? ਉਹਨਾਂ ਲੋਕਾਂ ਨੂੰ ਪਰਮੇਸ਼ੁਰ ਨੇ ਇੱਕ ਮੰਦਰ ਬਣਵਾ ਕੇ ਦਿੱਤਾ ਆ ਸੁਲੇਮੋਨ ਦੇ ਦੁਆਰਾ। ਉਸ ਮੰਦਰ ਦੇ ਨਾਲ ਪਰਮੇਸ਼ੁਰ ਨੇ ਇੱਕ ਵਾਅਦਾ ਆਪਣਾ ਇੱਕ ਪ੍ਰੋਮਿਸ ਰੱਖਿਆ ਆ। ਉਹ ਲੋਕ ਤਾਂ ਡੱਫ ਲੈ ਕੇ ਅਤੇ ਨੱਚਦੇ ਗਾਉਂਦੇ ਹੋਏ ਪਰਮੇਸ਼ੁਰ ਦੀ ਹਜ਼ੂਰੀ ਦੇ ਵਿੱਚ ਜਾਂਦੇ ਆ। ਜਦੋਂ ਵੀ ਉਹਨਾਂ ਜੀਵਨ ਦੇ ਵਿੱਚ ਪਰਮੇਸ਼ੁਰ ਉਹਨਾਂ ਕੋਈ ਖੁਸ਼ੀ ਹੁੰਦੀ ਹੈ ਅਤੇ ਉਹ ਤਾਂ ਜਾਂਦੇ ਆ। ਇਸ ਤੋਂ ਪਹਿਲਾਂ ਇਸ ਕਲੀਸੀਆ ਦਾ ਜਨਮ ਹੋਵੇ,
ਜਿਸ ਮੰਦਰ ਦੇ ਵਿੱਚ ਉਹ ਨੱਚਦੇ ਟੱਪਦੇ ਅਤੇ ਡੱਫ ਵਜਾਉਂਦੇ ਜਾਂਦੇ ਸੀਗੇ, ਉਸ ਮੰਦਰ ਨੂੰ ਪਰਮੇਸ਼ੁਰ ਨੇ ਪੂਰੀ ਤਰ੍ਹਾਂ ਉਜਾੜ ਦਿੱਤਾ। ਅਤੇ ਤੁਸੀਂ ਕਿਹੜੇ ਮੰਦਰ ਤੋਂ ਫਿਰ ਜਾਣਾ ਡੱਫ ਨੱਚਦੇ ਟੱਪਦੇ? ਅਤੇ ਹੁਣ ਅਸੀਂ ਕਹਿੰਦੇ ਅਸੀਂ ਚੱਲੇ ਚਰਚ, ਅਤੇ ਇਹਦੇ ਵਿੱਚ ਲਿਖ ਕੇ ਦਿੱਤਾ ਇਸ ਬਾਈਬਲ ਦੇ ਵਿੱਚ, ਹੁਣ ਚਰਚ ਤੁਸੀਂ ਹੋ। ਹਾਂਜੀ, ਹੁਣ ਕੀ ਹੋ ਭਲਾ? ਚਰਚ, ਹੁਣ ਤੁਸੀਂ ਚਰਚ ਹੋ, ਅਤੇ ਤੁਸੀਂ ਹੁਣ ਉਸ ਚਰਚ ਦੇ ਨਾਲ ਇਸ ਚਰਚ ਦੀ ਥੋੜ੍ਹੀ ਦੇਰ ਤੁਲਨਾ ਕਰਕੇ ਦੇਖੋ। ਉਸ ਚਰਚ ਦੇ ਵਿੱਚ ਇੱਕ ਅਤਿ ਪਵਿੱਤਰ ਸਥਾਨ ਸੀ ਜਿੱਥੇ ਪਰਮੇਸ਼ੁਰ ਦੀ ਹਜ਼ੂਰੀ ਸੀ, ਠੀਕ ਹੈ। ਇਸ ਹੈਕਲ ਦੇ ਵਿੱਚ ਵੀ ਉਹਨੇ ਇੱਕ ਅਤਿ ਪਵਿੱਤਰ ਸਥਾਨ ਰੱਖਿਆ ਜਿਹਦੇ ਵਿੱਚ ਆ ਕੇ ਉਹ ਵਸਿਆ। ਅਤੇ ਹੁਣ ਉਸ ਅਤਿ ਪਵਿੱਤਰ ਸਥਾਨ ਦੀ ਪਵਿੱਤਰਤਾ ਅਤੇ ਉੱਥੇ ਦਾ ਨਿਯਮ, ਇਸ ਸਥਾਨ ਦੀ ਪਵਿੱਤਰਤਾ ਅਤੇ ਇੱਥੇ ਦਾ ਨਿਯਮ, ਇਹਨੂੰ ਭਲਾ ਤੋਲ ਤਾਲ ਕੇ ਦੇਖੋ ਤੇ ਸਹੀ। ਉਸ ਅਤਿ ਪਵਿੱਤਰ ਸਥਾਨ ਦੇ ਅੰਦਰ ਮਹਾਜਾਜਕ ਸਾਲ ਦੇ ਵਿੱਚ ਸਿਰਫ ਇੱਕ ਵਾਰੀ ਜਾ ਸਕਦਾ, ਲੋਕਾਂ ਦੇ ਗੁਨਾਹਾਂ ਦੇ ਪ੍ਰਾਇਸ਼ਚਿਤ ਦੇ ਲਈ ਲਹੂ ਲੈ ਕੇ। ਅਤੇ ਇਸ ਅਤਿ ਪਵਿੱਤਰ ਸਥਾਨ ਦੇ ਵਿੱਚ ਆਉਣ ਤੋਂ ਪਹਿਲਾਂ ਯਿਸੂ ਮਸੀਹ ਆਪਣਾ ਲਹੂ ਲੈ ਕੇ ਉਸ ਅਤਿ ਪਵਿੱਤਰ ਸਥਾਨ ਦੇ ਵਿੱਚ ਨਹੀਂ ਗਿਆ ਜਿੱਥੇ ਸੁਲੇਮੋਨ ਨੇ ਬਣਾਇਆ ਸੀ, ਬਲਕਿ ਲਿਖਿਆ ਉਹ ਸਿੱਧਾ ਹੀ ਪਰਮੇਸ਼ੁਰ ਦੇ ਹਜ਼ੂਰ ਗਿਆ। ਉੱਥੇ ਕੀਮਤ ਦਿੱਤੀ ਜਾਂਦੀ ਸੀਗੀ ਬੱਕਰਿਆਂ ਦੀ, ਇੱਥੇ ਕੀਮਤ ਪਰਮੇਸ਼ੁਰ ਨੇ ਮਨੁੱਖ ਦੇ ਰੂਪ ਦੇ ਵਿੱਚ ਆਪ ਦਿੱਤੀ ਹੈ। ਅਤੇ ਅਸੀਂ ਤਾਂ ਮੁੱਲ ਖਰੀਦੇ ਹੋਏ ਹਾਂ, ਪਰਮੇਸ਼ੁਰ ਨੇ ਆਪਣੇ ਹੀ ਲਹੂ ਦੇ ਨਾਲ ਸਾਨੂੰ ਮੁੱਲ ਖਰੀਦਿਆ ਹੈ। ਅਤੇ ਮੁੱਲ ਖਰੀਦਿਆਂ ਦੀ ਆਰਾਧਨਾ ਅਤੇ ਉਸ ਮੰਦਰ ਦੀ ਆਰਾਧਨਾ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ। ਜਦੋਂ ਛੁਰੀ ਚੜਾਉਂਦੇ ਸੀ ਨਾ ਬੱਕਰੇ ਦੇ ਉੱਤੇ, ਜਿਹੜਾ ਲਿਆਂਦਾ ਜਾਂਦਾ ਸੀ ਕਿ ਮੈਂ ਗੁਨਾਹ ਕੀਤਾ ਅਤੇ ਮੈਂ ਆਪਣੇ ਗੁਨਾਹ ਦੇ ਬਦਲੇ ਹੁਣ ਕੁਰਬਾਨੀ ਦੇ ਲਈ ਕਿਹਨੂੰ ਲੈ ਕੇ ਆਇਆ? ਮੇਮਣੇ ਨੂੰ। ਅਤੇ ਮੇਮਣੇ ਦੇ ਸਿਰ ਦੇ ਉੱਤੇ ਹੱਥ ਰਖਾਉਂਦਾ ਸੀ ਜਾਜਕ, ਅਤੇ ਫਿਰ ਉਹਨੂੰ ਕਹਿੰਦੇ ਉਹ ਉੱਥੇ ਸਾਹਮਣੇ ਖੜ੍ਹਾ ਹੋ, ਅਤੇ ਉਹਦੇ ਸਾਹਮਣੇ ਖੜ੍ਹਾ ਕਰਕੇ ਅਤੇ ਇਹਦੀ ਧੌਣ 'ਤੇ ਫੇਰੀ ਜਾਂਦੀ ਸੀ ਛੁਰੀ। ਅਤੇ ਜਦੋਂ ਤੜਫਦਾ ਸੀ ਅਤੇ ਧਾਰਾਂ ਨਿਕਲਦੀਆਂ ਸੀ ਨਾ ਬੱਕਰੇ ਦੀਆਂ, ਬੱਕਰਾ ਤਾਂ ਬੇਦੋਸ਼ਾ, ਉਹਦਾ ਤਾਂ ਦੋਸ਼ ਕੋਈ ਨਹੀਂ, ਲੇਕਿਨ ਪਰਮੇਸ਼ੁਰ ਨੇ ਬੰਦੋਬਸਤ ਕਾਹਦੇ ਲਈ ਬਣਾਇਆ ਸੀਗਾ? ਇਹ ਜਿਹੜਾ ਪਾਪੀ ਹੈ ਨਾ, ਇਹਨੂੰ ਅਕਲ ਆਵੇ ਕਿ ਪਰਮੇਸ਼ੁਰ ਤੈਨੂੰ ਕਿੰਨਾ ਪਿਆਰ ਕਰਦਾ। ਜੇ ਤੈਨੂੰ ਪਿਆਰ ਨਾ ਕਰਦਾ ਹੁੰਦਾ ਤਾਂ ਪਾਪ ਦੀ ਮਜ਼ਦੂਰੀ ਮੌਤ ਹੈ, ਛੁਰੀ ਜਿਹੜੀ ਬੱਕਰੇ ਦੀ ਧੌਣ 'ਤੇ ਚੱਲਣੀ ਤੇਰੀ ਚੱਲਣੀ ਸੀ। ਸਾਡੇ ਕੋਲ ਕਿਹੜੀ ਖੁਸ਼ੀ ਹੈ ਟੱਪਣ ਦੀ? ਇੱਥੇ ਲਿਖਿਆ ਡਰਦੇ ਅਤੇ ਕੰਬਦੇ, ਆਪੋ ਆਪਣੀ ਮੁਕਤੀ ਦੇ ਕੰਮ ਨੂੰ ਪੂਰਾ ਕਰੋ, ਡਰਦੇ ਅਤੇ ਕੰਬਦੇ। ਉੱਥੇ ਤਾਂ ਅਸੀਂ ਚੀਕਾਂ ਮਾਰਨ ਡੇ ਹਾਂ, ਉੱਥੇ ਤਾਂ ਨੱਚਦੇ ਨੱਚਦੇ ਅਸੀਂ ਹੌਲੀ ਹੌਲੀ ਅਸ਼ਲੀਲਤਾ ਦੇ ਵਿੱਚ ਚਲੇ ਜਾਂਦੇ ਹਾਂ, ਅਤੇ ਫਿਰ ਪਵਿੱਤਰਤਾ ਕਿੱਥੇ ਰਹਿ ਗਈ? ਇੱਕ ਇਹ ਨੱਚਣ ਟੱਪਣ ਵਾਲਿਆਂ ਵਿੱਚ ਇੱਥੇ ਦੀ ਭੈਣ ਸੀ, ਇੱਕ ਡਿਬੇਟ ਕਰ ਬੈਠੀ ਮੇਰੇ ਨਾਲ, ਅਤੇ ਮੈਂ ਫਿਰ ਉਹਨੂੰ ਦੱਸਿਆ ਵੀ ਅਸੀਂ ਕਿਉਂ ਮਨਾ ਕਰਦੇ ਹਾਂ। ਮੈਂ ਫਿਰ ਉਹਦੇ ਵਟਸਐਪ ਦੇ ਉੱਤੇ ਉਹਨੂੰ ਤਸਵੀਰਾਂ ਭੇਜੀਆਂ ਇੱਥੇ ਦੇ ਅਮੈਰੀਕਾ ਦੇ ਇੱਕ ਚਰਚ ਦੀਆਂ, ਉਹ ਤਸਵੀਰਾਂ ਉਹ ਭੈਣ ਬਰਦਾਸ਼ਤ ਨਹੀਂ ਕਰ ਸਕੀ, ਅਤੇ ਤਸਵੀਰਾਂ ਨੂੰ ਦੇਖ ਕੇ ਮੈਨੂੰ ਕਹਿੰਦੀ ਤੁਸੀਂ ਤਾਂ ਬਹੁਤ ਘਟੀਆ ਅਤੇ ਨੀਚ ਪਾਸਟਰ ਹੋ। ਮੈਂ ਕਿਹਾ ਜੀ ਵਜ੍ਹਾ ਦੱਸੋ। ਕਹਿੰਦੀ ਇੰਨੀਆਂ ਗੰਦੀਆਂ ਫੋਟੋ ਤੁਸੀਂ ਮੈਨੂੰ ਭੇਜੀਆਂ ਕਿਉਂ? ਮੈਂ ਕਿਹਾ ਬਸ ਇਹੀ ਮੈਂ ਤੇਰੇ ਮੂੰਹੋਂ ਸੁਣਨਾ ਸੀ, ਅਜੇ ਤੈਨੂੰ ਚਾਹੀਦਾ ਮੈਨੂੰ ਹੋਰ ਗਾਲਾਂ ਕੱਢੇ? ਇਹ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਸੀ ਵੀ ਅਸੀਂ ਕਿਉਂ ਮਨਾ ਕਰਦੇ ਹਾਂ, ਵੀ ਮੈਂ ਤੈਨੂੰ ਫੋਟੋ ਭੇਜੀ ਹੈ, ਤੂੰ ਔਰਤ ਹੀ ਆ, ਮੈਂ ਤੈਨੂੰ ਕਿਸੇ ਮਰਦ ਦੀ ਅਸ਼ਲੀਲ ਫੋਟੋ ਨਹੀਂ ਭੇਜੀ, ਤੂੰ ਔਰਤ ਆ ਅਤੇ ਤੈਨੂੰ ਮੈਂ ਔਰਤ ਹੁੰਦਿਆਂ ਇੱਕ ਔਰਤ ਦੀ ਫੋਟੋ ਭੇਜੀ ਆ, ਅਤੇ ਤੇਰੇ ਕੋਲ ਉਹ ਬਰਦਾਸ਼ਤ ਨਹੀਂ ਹੋਈ, ਅਤੇ ਹੁਣ ਦੱਸ ਇਸ ਔਰਤ ਨੂੰ ਜਿਹੜੇ ਮਰਦ ਸਾਹਮਣੇ ਬੈਠ ਕੇ ਸਟੇਜ ਦੇ ਉੱਤੇ ਪਰਮੇਸ਼ੁਰ ਦੀ ਆਰਾਧਨਾ ਕਰਦੇ ਦੇਖਦੇ ਆ, ਉਹਨਾਂ ਦੇ ਮਨ ਦੇ ਵਿੱਚ ਕਿੰਨੇ ਬਦੀ ਦੇ ਭਾਵ ਆਉਂਦੇ ਹੋਣਗੇ।
तू दस मैं क्या इनू अज प्रभु की स्टेज के उत्ते इदा के घटिया गंदे ते अश्लील कपड़े पा के अज नचती पता क्यों पई है इनू अगर पहले ही कपड़िया के रोक दिता गया हों अज ये कपड़िया तो बहर ना होंगी ये हौली हौली ये कपड़े घटते गए तो अज इन कपड़िया स्टेज पर आ गए फिर सिस्टर प्रियंका बच्चे आई थी फिर उन्होंने उन्होंने समझाया भी सिस्टर जी तुम उन्होंने करैक्टर उत्ते टोट ना करो साढ़े परके हुए पास्टर आदा की कोई गल नहीं गई उन्होंने सिर्फ तुम जो सवाल किया ना सवाल तेरे कर नजरिया बड़ा गलत सगा तो तुम समझा दे फिर उन्होंने यही तरीका से भेड़ा भेड़ मेरी ने कोई खो नहीं सकता तो भेड़ जी संपूर्ण रूप के जो उन्न कुतरनी होंगी ना तो वह अपने आप को चरवाहे के हवाले कर देंदी है तो इस भेड़ ने उस तरह अपने परमेश्वर के हवाले अपने कुतरला जिन्ना कुतर सकता तो लिखा भेड़ अपने उन्न कुतरने वाले के अगे खमोश होंगी है रौला नहीं पाती अज रौला बहुत है रौला बहुत है तो भेड़ मत खप पाती है तो भेड़ ये कहती भी मेरी उन्न कुतर ना मेरे उत्ते होर उन्न चढ़ा दे भेड़ ने उन्न देनी है उन्न मंगनी नहीं अज की भेड़ की मंगती भर हाँ जी अज की भेड़ न अरमानी का कोट पेंट चाहिए अज की भेड़ न कार्डियर की एनक चाहिए है हाँ जी अज की भेड़ रॉयल रॉस गड्डी चाहिए है तो वह की कहता ना जेड़ा मेरा पिछे आना चाहता सब कासे का इनकार करे हुण गलती कहना दी भला पास्टर ने गलत पासे लाया ना इन्होंने कहा ना आजो प्रभु दे कोल बड़िया बरकत मिलन जा रही हैं आजो प्रभु यसमसी नूं मान लो बड़े अमीर हो जाऊंगे आजो प्रभु यसमसी नूं मान लो अमरीका कनेडा दे विजे तुहाडी वेट करन डए आ आजो यसमसी नूं मान लो तुहाडे भंडार भरन जा रहे हैं इन्होंने सिखाया ना तो हुण लोकी उन्हां लालचां दे विच ही आए ना तो जिन्हां नूं तुसीं लालच दे के इदां दीआं गल्लां करके लियाए हो उन्होंने तुम परमेश्वर के राह किदा तोरोंगे ये जड़े अज गड्डिया दी सवारियां दी गल्लां करदे आ कल इन्हां नूं गद्दी उत्ते बहना पिया फिर बह जाणगे ये जिन्हां नूं अज एसी दे कमरे च बैठ के प्रार्थना करन दी आदत पै गई है ये यूहन्ना वांगू जंगल दे विच आवाज़ दे लैणगे ये यसू मसीह दीआं भेड़ां नहीं इन्हों गलत फहमी होगी नहीं जी असी बन गए भेड़ तो हूँ वो हाथ चो सू खो सकता ये जेडे इदा दीजा पाने के लिए आए ना हासिल करने के लिए जेडे आए है ये यसु मसीह देड़ा नहीं यसु मसीह दे की सकते हो यह है भेड़ की निशान वो तो कहना जो अपनी जान न भी प्यारा समझता है वह भी मेरे योग तो दसो अज जो जान मंगी जाए फिर प्यास ने बबाल अमृतपाल कहता जी मैनू सिर चाहिए उन्होंने कौम के कई लोगों ने कहता नहीं गुरु ने सिख सिखा ने सिर मंगे थी और पिछला रीजन होर से तू जो सिर मानता वो पिछला रीजन कोई होर है बथेरिया डिबेटा चली गल सिर देन की हुई तो इतने यसम सिंह की कहता भला जेड़ा अपनी जान न भी प्रिय जानता ना वह भी मेरे योग इतने तो मरण के लिए बुलाया उन्हें तो जिस बंद की मौत का अज सपोज करो भी डॉक्टर किसी ने कह दे हाँ जी भाई साहब तेको दस दिन जो कुछ खा सकता खा ला जो इंजॉय कर सकता खा ला हाँ जी जिन्हें डिस्को क्लब जाना जाया हाँ जी ये जाऊगा ना जिन्हें पता भी दस दिन बाद बस ओके रिपोर्ट इन्हें कमरे च बह गोडिया ने उठना ही नहींगा इन्हें कहना प्रभु बधा दे उम्र मैं मेरी तौबा मेरे प्यो की तौबा क्लब जाना तो दूर की गल है मैं क्लब जाने वाले की मकाने नहीं जाऊंगा सानू उन्हें मरण के लिए बुलाया तो असी लोगों ने जीण दी गल कर हाँ जी बुलाया कहते नहीं भला जेड़ा कहना मौत तक वफादार रहेगा उन्हें मैं जिंदगी का ताज दवांगा
ਤੇ ਮੌਤ ਤੱਕ ਵਫਾਦਾਰ ਵੀ ਕਿੱਦਾਂ ਰਹਿਣਾ ਲੋਕਾਂ ਦੇ ਨਾਲ ਲੜਾਈਆਂ ਲੜ ਕੇ ਨਹੀਂ ਵੀ ਅਗਲਾ ਤਲਵਾਰ ਚੁੱਕ ਕੇ ਆ ਗਿਆ ਤੇ ਤੁਸੀਂ ਵੀ ਤਲਵਾਰ ਚੁੱਕ ਲਓ ਅਗਲੇ ਨੇ 47 ਫੜ ਲਈ ਤੇ ਤੁਸੀਂ ਵੀ 47 ਫੜ ਲਓ ਨਾ ਅਗਲਾ ਧੌਣ ਲਾਉਣ ਆ ਰਿਹਾ ਤੇ ਅੱਗੇ ਕਰ ਦੇਣੀ ਹੈ ਇਹਨੂੰ ਕਿਹਾ ਜਾਂਦਾ ਮਸੀਹਤ ਤੇ ਕੀ ਇਹ ਜਿਹਨਾਂ ਨੂੰ ਅਸੀਂ ਇੱਦਾਂ ਦੀਆਂ ਚੀਜ਼ਾਂ ਦੇ ਕਹਿ ਕੇ ਲਿਆਏ ਹਾਂ ਮਸੀਹ ਦੇ ਕੋਲ ਇਹ ਕੱਲ੍ਹ ਨੂੰ ਮੁਸੀਬਤ ਆਉਣ ਦੇ ਉੱਤੇ ਮਸੀਹ ਦੇ ਨਾਲ ਇੱਕ ਦਿਨ ਵੀ ਚੱਲ ਪਾਉਣਗੇ ਆ ਮੈਂ ਤੁਹਾਨੂੰ ਵੀਡੀਓ ਦਿਖਾ ਨਹੀਂ ਸਕਦਾ ਮੇਰੇ ਕੋਲ ਆ ਇਹਨਾਂ ਭਾਈ ਹੋਣਾਂ ਨੇ ਦਿਖਾਈ ਹੈ ਇਹ ਵੀ ਅੱਧੀ ਕੁ ਦੇਖ ਕੇ ਮੇਰੇ ਨੂੰ ਫੋਨ ਕਰਤਾ ਕਹਿੰਦੇ ਜੀ ਰੱਬ ਦਾ ਵਾਸਤਾ ਤੁਸੀਂ ਦੇਖੋ ਉਸ ਬੰਦੇ ਦਾ ਜਿਹੜਾ ਹਸ਼ਰ ਕੀਤਾ ਗਿਆ ਨਾ ਮੈਂ ਦੇਖਿਆ ਨਹੀਂ ਜਾ ਰਿਹਾ ਕਾਹਦੇ ਲਈ ਸਿਰਫ ਮਸੀਹੀ ਹੋਣ ਦਾ ਕਰਕੇ ਤੇ ਇਹ ਜਿਹਨਾਂ ਨੂੰ ਅਸੀਂ ਇਹ ਦੱਸਦੇ ਪਏ ਹਾਂ ਵੀ ਹਾਂਜੀ ਆ ਜਾਓ ਜੀ ਕੋਠੀਆਂ ਮਿਲਣ ਵਾਲੀਆਂ ਮੈਨੂੰ ਪ੍ਰਭੂ ਨੇ ਦਿਖਾਇਆ ਤੁਹਾਡੀ ਇੱਕ ਕੋਠੀ ਜਗ੍ਹਾ 'ਤੇ ਦੋ ਹੋਣ ਜਾ ਰਹੀਆਂ ਤੁਹਾਡੀ ਮਰੂਤੀ ਸੁਜ਼ੂਕੀ ਦੀ ਥਾਂ ਦੇ ਉੱਤੇ ਤੁਹਾਨੂੰ ਹੁਣ ਪ੍ਰਭੂ ਮਰਸਰੀ ਦੇਣ ਜਾ ਰਿਹਾ ਹੈ ਠੀਕ ਹੈ ਤੁਹਾਡੇ ਫਟੇ ਪੁਰਾਣੇ ਕੱਪੜੇ ਦੇ ਥਾਂ ਗਏ ਹੁਣ ਪ੍ਰਭੂ ਤੁਹਾਨੂੰ ਕੀਮਤੀ ਵਸਤਰ ਪਹਿਨਾਉਣ ਜਾ ਰਿਹਾ ਇਹਨਾਂ ਨੂੰ ਜਦੋਂ ਤੁਸੀਂ ਬਾਹਰ 'ਚ ਦੁੱਖ ਦੀ ਗੱਲ ਸੁਣਾਈ ਤਾਂ ਚੱਲਣਗੇ ਪ੍ਰਭੂ ਅਤੇ ਜਦੋਂ ਪ੍ਰਭੂ ਨੇ ਝੂਠ ਨਹੀਂ ਬੋਲਿਆ ਅਸੀਂ ਸੇਵਕ ਹੋ ਕੇ ਕਿਸੇ ਨੂੰ ਝੂਠ ਬੋਲ ਕੇ ਪ੍ਰਭੂ ਯਿਸੂ ਮਸੀਹ ਕੋਲ ਕਰ ਹੀ ਲਈ ਸਾਨੂੰ ਪੈਸੇ ਮਿਲਣੇ ਮੈਨੂੰ ਕੀ ਮੈਂ ਤੁਹਾਡੇ ਨਾਲ ਝੂਠ ਬੋਲ ਕੇ ਤੁਹਾਨੂੰ ਮਸੀਹ ਦੇ ਨਾਲ ਚਾਲੀ ਮਿਲਾਵਾਂ ਬੋਲੋ ਭੈਣ ਜੀ ਮੈਨੂੰ ਤੁਹਾਡੇ ਤੋਂ ਕੀ ਲਾਲਚ ਹੈ ਮੈਂ ਤੁਹਾਡੇ ਕੋਲ ਝੂਠ ਬੋਲਾਂ ਇਹਨਾਂ ਦੇ ਨਾਲ ਮਿਲਦੇ ਮੈਨੂੰ 6-7 ਸਾਲ ਆ ਕੀ ਮੈਂ ਤੁਹਾਡੇ ਕੋਲ ਲਾਲਚ ਲੈ ਲਿਆ ਕੀ ਸਵਾਰਥ ਲੈ ਲਿਆ ਹਾਂਜੀ ਅਤੇ ਜੇ ਮੇਰੀ ਅੱਖ ਇਹਨਾਂ ਦੇ ਪੈਸੇ ਵੱਲ ਹੁੰਦੀ ਤਾਂ ਮੈਂ ਇਹਨਾਂ ਨੂੰ ਸੱਚ ਨਹੀਂ ਸੀ ਦੱਸ ਸਕਦਾ ਫਿਰ ਮੈਨੂੰ ਇਹਨਾਂ ਦੀ ਹਾਂ 'ਚ ਹਾਂ ਮਿਲਾਉਣੀ ਪੈਣੀ ਸੀ ਇਹਨਾਂ ਜੋ ਕਹਿਣਾ ਸੀ ਫਿਰ ਮੈਨੂੰ ਉਹ ਕਰਨਾ ਪੈਣਾ ਸੀ ਜਦਕਿ ਹੁਣ ਕੀ ਹੈ ਹੁਣ ਕੰਮ ਉਲਟਾ ਹੈ ਹੁਣ ਤਾਂ ਇਹ ਵੀ ਜਿੱਦਾਂ ਮੈਂ ਕਹਿੰਦਾ ਜੇ ਵਚਨ ਅਨੁਸਾਰ ਚੱਲਣਾ ਆ ਤਾਂ ਮੈਨੂੰ ਬੁਲਾਇਓ ਅਤੇ ਜੇ ਵਚਨ ਅਨੁਸਾਰ ਨਹੀਂ ਚੱਲਣਾ ਤੁਸੀਂ ਆਪਣੇ ਘਰ ਰਾਜੀ ਅਤੇ ਮੈਂ ਕਿਉਂ ਕਿਉਂਕਿ ਜਿਹਨੇ ਮੇਰੇ ਹੱਥ 'ਚ ਬਾਈਬਲ ਫੜਾਈ ਨਾ ਉਹਨੇ ਝੂਠ ਬੋਲਿਆ ਸਾਨੂੰ ਬੜੇ ਲੋਕ ਕਹਿੰਦੇ ਜੀ ਤੁਹਾਡੀ ਤਲੀਮ ਬੜੀ ਸਖਤ ਹੈ ਤੁਹਾਡੀ ਕੀ ਹੈ ਤਲੀਮ ਬੜੀ ਸਖਤ ਹੈ ਯਿਸੂ ਮਸੀਹ ਤੋਂ ਸਖਤ ਟੀਚਰ ਅੱਜ ਤੱਕ ਦੁਨੀਆਂ 'ਚ ਨਹੀਂ ਕੋਈ ਹੋਇਆ ਅਤੇ ਫਿਰ ਤੁਸੀਂ ਉਹਨੂੰ ਕਾਹਲੀ ਮੰਨਦੇ ਹਾਂਜੀ ਯੂਹੰਨਾ ਤੋਂ ਖਤਰਨਾਕ ਚੇਲਾ ਕੋਈ ਨਹੀਂ ਹੋਇਆ ਜਿਹੜਾ ਸਾਫ ਹੀ ਕਹਿ ਰਿਹਾ ਲੋਕਾਂ ਨੂੰ ਜਿਹੜਾ ਉਹ ਤੌਬਾ ਕਰਨ ਆ ਰਿਹਾ ਕਹਿੰਦਾ ਉਹ ਸੱਪਾਂ ਦੇ ਬੱਚੇ ਹੋ ਤੁਹਾਨੂੰ ਆਉਣ ਵਾਲੇ ਪ੍ਰਕੋਪ ਤੋਂ ਭੱਜਣਾ ਕਿਹਨੇ ਸਿਖਾਇਆ ਜੇ ਹੁਣ ਤੁਹਾਡੀ ਸਮਝ ਆ ਹੀ ਗਈ ਹੈ ਗੱਲ ਫਿਰ ਤੌਬਾ ਦੇ ਯੋਗ ਫਲ ਦਿਓ ਨਹੀਂ ਤਾਂ ਕੁਹਾੜਾ ਰੱਖਿਆ ਹੋਇਆ ਜੜ ਦੇ ਉੱਤੇ ਅਤੇ ਜਿਹੜਾ ਫਲ ਨਹੀਂ ਦੇਵੇਗਾ ਉਹ ਕੱਟ ਦਿੱਤਾ ਜਾਵੇਗਾ ਉਹ ਸਿੱਧਾ ਹੀ ਦੱਸਣ ਡਿਆ ਅਤੇ ਲੋਕ ਉਹਨੂੰ ਨਹੀਂ ਕਹਿੰਦੇ ਓਏ ਤੂੰ ਕੌਣ ਹੁੰਦਾ ਸਾਨੂੰ ਸੱਪਾਂ ਦੇ ਬੱਚਾ ਕਹਿਣ ਵਾਲਾ ਯਿਸੂ ਮਸੀਹ ਕੋਲ ਇੱਕ ਲੇਡੀ ਆਈ ਕਹਿੰਦਾ ਰਾਜਕੁਮਾਰਾਂ ਦਾ ਭੋਜਨ ਕੁੱਤਿਆਂ ਨੂੰ ਨਹੀਂ ਪਾਈਦਾ ਇਸ ਤੋਂ ਸਖਤ ਗੱਲ ਕਿਹੜੀ ਹੋ ਸਕਦੀ ਰਾਜਕੁਮਾਰਾਂ ਦਾ ਭੋਜਨ ਕੁੱਤਿਆਂ ਨੂੰ ਨਹੀਂ ਪਾਈਦਾ ਅਤੇ ਹੁਣ ਉਹ ਔਰਤ ਨੂੰ ਤਾਂ ਯਿਸੂ ਮਸੀਹ ਦਾ ਝਗੜਾ ਕਰ ਲੈਣਾ ਚਾਹੀਦਾ ਸੀ ਇਸ ਤੋਂ ਸਖਤ ਕਿਹੜੀ ਗੱਲ ਹੋ ਸਕਦੀ ਯਿਸੂ ਮਸੀਹ ਕਹਿੰਦਾ ਤੁਸੀਂ ਆਪਣੇ ਪਿਓ ਸ਼ੈਤਾਨ ਤੋਂ ਕਿਉਂਕਿ ਉਹ ਵੀ ਮੁੱਢੋਂ ਪਾਪ ਕਰਦਾ ਆ ਰਿਹਾ ਅਤੇ ਤੁਹਾਡਾ ਵੀ ਉਹੀ ਸੁਭਾਅ ਆ ਅਤੇ ਤੁਸੀਂ ਦੱਸੋ ਵੀ ਯਿਸੂ ਮਸੀਹ ਤੋਂ ਸਖਤ ਕਿਹੜਾ ਸੀ ਇੱਕ ਬੜੇ ਸ਼ਰਧਾ ਦੇ ਨਾਲ ਆਇਆ ਭੱਜਦਾ ਭੱਜਦਾ ਯਿਸੂ ਮਸੀਹ ਦੇ ਪੈਰਾਂ 'ਚ ਆ ਕੇ ਬੈਠਿਆ ਧਨੀ ਆਦਮੀ ਬੇਸ਼ੁਮਾਰ ਅਤੇ ਕਹਿੰਦਾ ਹੇ ਸਤਿਗੁਰ ਮਹਾਰਾਜ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੇ ਲਈ ਮੈਂ ਕੀ ਕਰਾਂ ਅਤੇ ਸਾਡੇ ਵਰਗਾ ਹੁੰਦਾ ਕਹਿਣਾ ਲੈ ਵੀ ਸਾਰੀ ਜ਼ਿੰਦਗੀ ਦੀ ਤਪੱਸਿਆ ਹੋ ਗਈ ਪੂਰੀ ਸਾਮੀ ਮਿਲ ਗਈ ਆ ਠੀਕ ਹੈ ਹੁਣ ਇਹਨੇ ਸਾਡੇ ਸਾਰੀਆਂ ਜ਼ਰੂਰਤਾਂ ਕਰ ਦੇਣੀਆਂ ਪੂਰੀਆਂ ਇਸ ਕਰਕੇ ਹੁਣ ਮਾੜੀ ਮੋਟੀ ਇਹਨਾਂ ਰਿਆ ਕਰ ਜਾਂਦੀ ਹਾਂਜੀ ਬਾਕੀਆਂ ਸਖਤ ਰਹਾਂਗੇ ਇਹਨੂੰ ਥੋੜ੍ਹੀ ਢਿੱਲ ਦੇ ਦਿੰਦੇ ਹਾਂ ਅਤੇ ਕਹਿੰਦਾ ਵੀ ਕੀ ਕਰਾਂ ਜੋ ਹਮੇਸ਼ਾ ਦੀ ਜ਼ਿੰਦਗੀ ਪਾਵਾਂ ਯਿਸੂ ਮਸੀਹ ਨੇ ਇਹ ਨਹੀਂ ਵੇਖਿਆ ਕਿ ਮੇਰੀ ਬੜੀ ਆਦਰ ਕਰਨ ਡਿਆ ਮੇਰੇ ਪੈਰਾਂ 'ਚ ਆ ਕੇ ਬਹਿ ਗਿਆ ਯਿਸੂ ਮਸੀਹ ਨੇ ਇਸ ਪਾਸੇ ਨਹੀਂ ਧਿਆਨ ਕੀਤਾ ਯਿਸੂ ਮਸੀਹ ਨੇ ਉਹਦੇ ਵੱਲ ਵੇਖਿਆ ਅਤੇ ਉਹਨੂੰ ਪਿਆਰ ਕੀਤਾ
प्यार कहते किया अनंत जीवन की गल करता पे, यानी कि वह निशाना की है भला भी मैं अनंत जीवन पालवा, इसलिए यस मसीह ने उन्हें की किया प्यार किया। तो कहता भी शरीयत को पूरा कर। तो यह हूँ उन्होंने सुना से जो आले दुआले खड़े से, यसु मसीह अगम गया नहीं, उन्होंने पता है भी ये शरीयत को कितना पूरा करता तो कितना पूरा नहीं करता। लोगों ने दसना से जो आया कि योजा, तो उन्होंने जो यसु मसीह कहता ना भी शरीयत को पूरा कर, तो कहता मैं अपनी होश जो संभाली ना उदों तो मैं शरीयत को पूरा करता आ रहा। तो यसु मसीह ने कहा फिर तेरे विच एक गल का घाटा किन्ना जी बोलो सारे किन्ना। तो आप कहें भी असं ओदिया भेडा तो वो हाथ चो कोई खो नहीं सकता, हूँ अपने तो गौर करो तो देखो साढ़े च किन्ने घाटे। और सिर्फ इको ही है 99% कामल बंदा, एक गल का घाटा। तो साढ़े साल आओ साढ़े तो कोई बच्चे कोई छेड़ दे ना माड़ा के कोई थप्पड़ मार दे हूँ ये गलती है। तो असं इतने बंदगी छड़ के पहले भैन दे दुआले होना, तू हिंदी कौन है तेरी जरूरत किदा पई है ना। उस टाइम भुल जाना असं कौन यसु मसीह तो कौन पादरी तो कौन बाइबल तो कौन कितने बंदगी हूँ ढोलकी कुट के भजन गाउन डे तो हूँ ही मूर्तियाँ। हाँ जी गिरगिट भी भावें टाइम ला लवे रंग बदलू तो अभी तो मिनट नहीं लाते। तो ये की कहता प्रभु यसु मसीह कहना तेरे विच एक गल का घाटा। तो हूँ कह सकते प्रभु जी हूँ कामल तो फिर परमेश्वर ही है। हाँ जी परफेक्ट तो फिर तू तेरा ही तो वजह दसदा भी दुनिया में कोई भी ऐसा सचियारा नहीं जिहड़ा सिर्फ धर्म करे तो पाप पाप ना करे। तेरी तो शरीयत दसदी है तेरा तो वचन दसदा। तो फिर जे इदा की गल है तो कोई गल नहीं एक घाटे की कि गल है, पर वह एक घाटा जोड़ा से 99 खूबिया के उत्ते मिट्टी पाँगा खत्म कर दिता ही 99 खूबिया खत्म कर दिता एक घाटा। तो घाटा की सगा यसु मसीह ने देखा भी ये दौलत न बहुत प्यार कर लालची है। यसु मसीह कहता अपना सब कुछ वेच तो मेरे मगर आ जा स्वर्ग तेन धन मिलू। तो दौड़ा हुआ आया तो निराश होकर वापस चला गया। तो यसु मसीह कहता ऊठदा सूई की नोक दे विचों दे निकल जाना सौखा, पर धन नू प्यार करन वाले दा स्वर्ग की बादशाह च जाना औखा। यसु मसीह तो कह रहे जिहड़ा धन नू प्यार करता वह स्वर्ग की बादशाह च जा ही नहीं सकता। तो तुम दसो आ जी हम भीड़ आप कट्ठिया कर डे हाँ इन्होंने तो आप दिता ही लालच है भी तुम अमीर हो जाना। अगले तो पासपोर्ट लै जाते इदा क्ड के खड़े होंगे प्रार्थना पादरी कर दिता हाले लो अब ते पासपोर्ट में वीजे लगे जा रहे प्रभु का आत्मा मैंने दिखा रहा है। हाँ जी वो भी हाले लोईया फिर नाल ही पिछले ढोलकी शुरू हो जाती फिर नचना शुरू हो जाते लो जी पास्टर ने करती भेषवाणी 100 विजय लगन जा रहे हैं। ये केड़ा आत्मा है जिहड़ा विजय लगाउण वाला इस बाइबल च कहते हैं। हाँ जी की हुण असीं इह कहीए परमेश्वर एजेंटी का काम करन लग पिआ उन्हें भी ट्रैवल एजेंसी खोल ली। हाँ जी कित्थे आ असीं सानूं सिखाया की जांदा फिर इन्ना कुछ सानूं सिखा के फिर पता की कहिंदे आ तुसी परमेश्वर दियां भेड़ां हो परमेश्वर दे हाथ चो तुहानू कोई खो सकदा। ये परमेश्वर दियां भेड़ां नहीं अमरीका कनेडा दियां भेड़ां आ। जे ते लग गया तो अगले एतवार आ गया स्टेज ते कहना हाँ जी पाशी तुसी क्या सी आ देखो ये कनेडा का लग गया आ देखो ये अमरीका का लग गया तुसी क्या सी ना लग गया। तो जे जिहदा ना लगा उन्हें नहीं होना। हाँ जी उन्हें आने नहीं देना पहले आना जान आने देना। तो तुम दसो जे यसु मसीह नहीं मानते उन्होंने तो नहीं विजय लगते। हाँ जी उन्होंने फिर कि लग जाते जी यसु मसीह विजय लगा। हाँ जी जे यसु मसीह को कोटा आ तो फिर तो उन्होंने विजय तो लगने चाहिए नहीं।
ਹਾਂਜੀ ਮੈਂ ਕਈ ਵਾਰ ਕਈ ਜਗ੍ਹਾ ਦੱਸਦਾ, ਮੇਰਾ ਦੋਸਤ ਹੈ ਉੱਥੇ ਅਮੈਰੀਕਾ ਦੇ ਵਿੱਚ ਹੀ, ਅਤੇ ਇੱਕ ਮੇਰਾ ਦੂਰੋਂ ਨੇੜੇ ਰਿਸ਼ਤੇਦਾਰ ਹੈ, ਉਹ ਜਿਹੜਾ ਦੂਰੋਂ ਨੇੜੇ ਰਿਸ਼ਤੇਦਾਰ ਹੈ ਉਹ ਮੁਰਾਦ ਸ਼ਾਹ ਦਾ ਮਰੀਦ ਆ ਨਕੋਦਰ ਵਾਲੇ ਬਾਬੇ ਦਾ, ਅਤੇ ਜਿਹੜਾ ਦੂਜਾ ਹੈ ਉਹ ਆਪਣੇ ਆਪ ਨੂੰ ਦੱਸਦਾ ਵੀ ਸਾਡੇ ਤੋਂ ਉੱਪਰ ਕ੍ਰਿਸਚਨ ਕੋਈ ਹੈ ਹੀ ਨਹੀਂ, ਜਿੰਨਾ ਬਾਈਬਲ ਦਾ ਸਾਨੂੰ ਗਿਆਨ ਹੈ ਨਾ ਉਹਨਾਂ ਕਿਸੇ ਨੂੰ ਨਹੀਂ। ਅਤੇ ਉਹ ਜਦੋਂ ਮੁੰਡਾ ਆਇਆ ਨਾ ਮੁਰਾਦ ਸ਼ਾਹ ਵਾਲਾ, ਅਤੇ ਉਹਨੂੰ ਮੈਂ ਛਡਾ ਕੇ ਲਿਆਇਆ ਜੇਲ੍ਹ ਦੇ ਵਿੱਚੋਂ, ਅਤੇ ਉਹਦੇ ਨਾਲ ਗੱਲਬਾਤ ਕਰ ਬੈਠਾ ਸਾਡਾ ਇਹ ਭਰਾ ਜਿਹੜਾ ਸੀਗਾ ਕ੍ਰਿਸਚਨ, ਅਤੇ ਉਹਨੂੰ ਕਹਿੰਦਾ ਦੇਖੋ ਕਹਿੰਦਾ ਵੀ ਯਿਸੂ ਮਸੀਹ ਦੀ ਕਿਰਪਾ, ਕਹਿੰਦਾ ਉਹ ਮੈਨੂੰ ਅਮਰੀਕਾ ਲੈ ਕੇ ਆਇਆ, ਅਤੇ ਉਹ ਵੀ ਕਹਿੰਦਾ ਕਹਿੰਦਾ ਦੇਖੋ ਮੁਰਾਦ ਸ਼ਾਹ ਦੀ ਕਿਰਪਾ ਵੀ ਮੈਨੂੰ ਅਮਰੀਕਾ ਲੈ ਗਿਆ। ਮੈਨੂੰ 14 ਸਾਲ ਲੱਗੇ। ਹਾਂਜੀ ਹੁਣ ਦੱਸੋ ਵੀ ਕਿਹੜੀਆਂ ਚੀਜ਼ਾਂ ਦੇ ਵਿੱਚ ਅਸੀਂ ਪਰਮੇਸ਼ੁਰ ਨੂੰ ਲਿਆ ਰਹੇ ਹਾਂ। ਇਹ ਤਾਂ ਚਲੋ ਇੱਕ, ਤਾਂ ਫਿਰ ਵੀ ਕਿਸੇ ਨਾ ਕਿਸੇ ਨੂੰ ਮੰਨਦਾ, ਜਦੋਂ ਮੁਰਾਦ ਸ਼ਾਹ ਨੇ ਮੰਨਦਾ ਹੋਵੇ, ਸਾਡੇ ਤਾਂ ਉੱਥੇ ਕੰਟਰੀ 'ਚ ਜਿਹੜੇ ਮੰਨਦੇ ਨੇ ਉਹ ਵੀ ਆ ਕੇ ਬੈਠੇ ਹੋਏ। ਭਾਈ ਸਾਹਿਬ ਤਾਂ ਪ੍ਰਭੂ ਪਿੱਛੇ ਤਾਂ ਮੈਨੂੰ 14 ਸਾਲ ਲੱਗੇ ਨੇ। ਕੌਮਨਿਸਟ ਲੋਕ ਅਮੈਰੀਕਾ ਦੇ ਵਿੱਚ ਆ ਕੇ ਇਸ ਟਾਈਮ ਸਭ ਤੋਂ ਵੱਧ ਤਰੱਕੀ 'ਤੇ ਜਾ ਰਹੇ ਆ। ਚਾਈਨਾ ਦੇ ਲੋਕ ਇਸ ਟਾਈਮ ਸਭ ਤੋਂ ਵੱਧ ਤਰੱਕੀ 'ਤੇ ਜਾ ਰਹੇ ਆ, ਅਮਰੀਕਾ ਨੂੰ ਕਰਜ਼ਾ ਦਿੱਤਾ ਉਹਨਾਂ ਨੇ, ਅਤੇ ਉਹ ਤਾਂ ਕਿਸੇ ਨੂੰ ਨਹੀਂ ਮੰਨਦੇ, ਅਤੇ ਫਿਰ ਉਹਨਾਂ ਦਾ ਤਾਂ ਰੱਬ ਜਿਹੜਾ ਹੈਗਾ, ਭਾਵੇਂ ਉਹ ਨਹੀਂ ਮੰਨਦੇ ਉਹਨਾਂ ਦਾ ਤਾਂ ਰੱਬ, ਫਿਰ ਉਹ ਆਪ ਹੀ ਰੱਬ ਹੋਏ ਨਾ, ਉਹ ਤਾਂ ਫਿਰ ਰੱਬ ਤੋਂ ਵੀ ਗਾਂਹ ਦੇ ਹੋਏ ਨਾ। ਫਿਰ ਸਭ ਤੋਂ ਆਲੀਸ਼ਾਨ ਅਗਰ ਇਸ ਟਾਈਮ ਘਰ ਬਣ ਰਹੇ ਆ ਤਾਂ ਚੀਨ ਦੇ ਜਿਹੜੇ ਲੋਕ ਆ ਉਹਨਾਂ ਦੇ ਬਣ ਰਹੇ ਉੱਥੇ, ਅਤੇ ਫਿਰ ਤੁਸੀਂ ਕਿਹੜੀ ਤੁਲਨਾ, ਕਿ ਰੱਬ ਨੂੰ ਕਿਹੜੀਆਂ ਚੀਜ਼ਾਂ ਨਾਲ ਮਿਲਾਉਂਦੇ? ਫਿਰ ਕਹਿੰਦੇ ਤੁਸੀਂ ਪਰਮੇਸ਼ੁਰ ਦੀ ਕੀ ਹੋ? ਭੇਡ ਹੋ, ਅਤੇ ਤੁਹਾਨੂੰ ਉਹਦੇ ਹੱਥ 'ਚ ਕੋਈ ਖੋ ਸਕਦਾ ਨਹੀਂ? ਕਿਹੜੀ ਗੱਲ ਅਸੀਂ ਕਰ ਬੈਠੇ, ਕਿੱਧਰ ਨੂੰ ਜਾ ਰਹੇ ਹੈ ਨਾ? ਭੇਡ ਦੀ ਪਹਿਚਾਣ ਕੀ ਹੈ? ਨੰਬਰ 1 ਕਹਿੰਦਾ ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਪਹਿਚਾਣਦੀਆਂ। ਸੋ ਭੇਡ ਦਾ ਪਹਿਲਾ ਕੰਮ ਆ ਆਪਣੇ ਚਰਵਾਹੇ ਦੀ ਆਵਾਜ਼ ਨੂੰ ਕੀ ਕਰਨਾ? ਭੇਡ ਦੀ ਜ਼ਿੰਮੇਵਾਰੀ ਆ। ਅਤੇ ਅਗਲੀ ਗੱਲ ਇਹ ਕਹਿੰਦਾ ਉਹ ਪਰਾਏ ਮਗਰ ਕਦੇ ਜਾਣਗੀਆਂ? ਪਰਾਏ ਮਗਰ ਇਹ ਤਾਂ ਲੱਗੇ ਪਰਾਏ ਮਗਰ, ਪਰਾਏ ਨੂੰ ਜੋ ਕੁਛ ਕਹਿੰਦਾ ਇਹ ਉਹਨੂੰ ਮੰਨਦੇ ਆ, ਉਹ ਜਿਹੜੀ ਆਵਾਜ਼ ਪ੍ਰਭੂ ਦੀ ਉਹਨੂੰ ਤਾਂ ਜੇ ਸੁਣਾਈ ਉਹ ਤਾਂ ਝਗੜਾ ਕਿਉਂ ਕਰਨਾ ਪੈਂਦੇ? ਕਹਿੰਦੇ ਨਾ ਜੀ ਤੁਹਾਨੂੰ ਤਾਂ ਪਤਾ ਹੀ ਨਹੀਂ, ਤੁਹਾਨੂੰ ਤਾਂ ਬਾਈਬਲ ਦਾ ਪਤਾ ਹੀ ਨਹੀਂਗਾ, ਤੁਸੀਂ ਤਾਂ ਕਹਿੰਦੇ ਗਲਤ। ਮੈਨੂੰ ਇੱਕ ਮੇਰੇ ਦੋਸਤ ਦਾ ਫੋਨ ਆਇਆ ਇੰਗਲੈਂਡ ਤੋਂ, ਉਹ ਵੀ ਸੇਵਾ ਦੇ ਵਿੱਚ, ਅਤੇ ਉਹ ਥੋੜ੍ਹਾ ਦੇਰ ਉਹਨੂੰ ਗਏ ਤੇ ਇੱਕ ਭੈਣ ਸੀਗੀ ਪਹਿਲਾਂ ਮੇਰੇ ਨਾਲ ਸੀਗੀ ਅਟੈਚਮੈਂਟ ਦੇ ਵਿੱਚ ਇੱਥੇ ਫੇਸਬੁੱਕ ਦੇ ਉੱਤੇ, ਬਾਅਦ ਜਦੋਂ ਫਿਰ ਉਹਨੇ ਸਖਤੀ ਦੇਖੀ ਅਤੇ ਫਿਰ ਉਹ ਬਲੌਕ ਕਰ ਦਿੱਤਾ ਸੀ ਉਹਨੇ ਮੈਨੂੰ, ਅਤੇ ਉਹ ਬ੍ਰਦਰ ਨਾਲ ਬਹਿਸ ਕਰਨ ਲੱਗ ਪਈ ਉਹ, ਅਤੇ ਉਹਨਾਂ ਕਹਿੰਦੇ ਮੇਰਾ ਨਾਲ ਆਇਆ, ਨਹੀਂ 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 ਕਹਿੰਦੇ ਉਹ, ਮੈਂ ਤਾਂ ਉਹਨਾਂ ਕਹਿੰਦੀ ਸੁਣਨਾ ਵੀ ਪਸੰਦ ਨਹੀਂ ਕਰਦੀ, ਅਤੇ ਉਹ ਕਹਿੰਦੇ ਵੀ ਰੀਜਨ ਦੱਸੋ ਭਾਈ ਅਮਨ ਜੀ, ਅਤੇ ਕਹਿੰਦੇ ਮੈਂ ਤਾਂ ਸੁਣਨਾ ਪਸੰਦ ਨਹੀਂ ਕਰਦੀ, ਕਹਿੰਦੇ ਰੀਜਨ ਦੱਸੋ, ਉਹ ਕਹਿੰਦੇ ਬਹੁਤ ਸਖਤ, ਮੈਨੂੰ ਕਹਿੰਦੇ ਜਦੋਂ ਵੀ ਉਹਨਾਂ ਦੀ ਗੱਲ ਸੁਣਦੀ ਨਾ ਮੇਰੇ ਅੰਦਰ ਮੁਹੱਬਤ ਵਾਲੀ ਕੋਈ ਗੱਲ ਰਹਿੰਦੀ ਨਹੀਂ, ਜਦਕਿ ਪ੍ਰਭੂ ਪ੍ਰੇਮ ਆ ਅਤੇ ਬੰਦਾ ਪ੍ਰੇਮ ਦੇ ਨਾਲ ਭਰ ਜਾਣਾ ਚਾਹੀਦਾ, ਅਤੇ ਉਹ ਤਾਂ ਜਦੋਂ ਹੁੰਦੇ ਉਹ ਤਾਂ ਗੁੱਸੇ ਵਿੱਚ ਹੀ ਹੁੰਦੇ, ਕਹਿੰਦੀ ਜਦੋਂ ਵੀ ਦੇਖਿਆ ਕੀ ਹੁੰਦਾ ਭਲਾ, ਉਹ ਤਾਂ ਗੁੱਸੇ ਦੇ ਵਿੱਚ ਹੁੰਦੇ, ਪਤਾ ਹੀ ਘਰਦਿਆਂ ਨੇ ਕਹਿੰਦੇ ਲੜ ਕੇ ਹਰਾਏ ਹੁੰਦੇ, ਵੀ ਗੁੱਸਾ ਹੀ ਲਾ ਰਹੇ ਹੁੰਦੇ। ਉਹਨਾਂ ਨੇ ਫਿਰ ਪੁੱਛਿਆ ਕਹਿੰਦੇ ਵੀ ਚਲੋ ਫਿਰ ਵੀ ਤੁਸੀਂ ਕੋਈ ਗੱਲਬਾਤ ਦੱਸੋ ਸਹੀ, ਉਹ ਫਿਰ ਜਿਹੜੀਆਂ ਗੱਲਾਂ ਉਹ ਦੱਸੇ ਉਹਨਾਂ ਨੂੰ ਉਹ ਦੱਸੇ ਕਲੀਅਰ ਕਰਕੇ ਵੀ ਇਹਦਾ ਮਤਲਬ ਉਹ ਬਿਲਕੁਲ ਸਹੀ ਕਹਿ ਰਹੇ, ਆਹ ਗੱਲ ਇਹਦਾ ਉਹ ਵੀ ਬਿਲਕੁਲ ਸਹੀ ਕਹਿ ਰਹੇ। ਅਤੇ ਮੈਂ ਕਿਹਾ ਤੇਰਾ ਹੀ ਕਿਸਮਤ ਚੰਗੀ, ਕਦੇ ਉਹਨੂੰ ਕਹਿ ਦਿੰਦਾ ਵੀ ਤੁਸੀਂ ਗੈਟ ਆਊਟ ਹੋ, ਕਿਉਂ ਇਹਦੇ 'ਚ ਲਿਖ ਕੇ ਦਿੱਤਾ ਕੰਨਾਂ ਦੀ ਖੁਜਲੀ ਦੇ ਕਾਰਨ ਇਹ ਲੋਕ ਸੱਚ ਨੂੰ ਸੁਣਨਾ ਬਰਦਾਸ਼ਤ ਨਹੀਂ ਕਰਨਗੇ, ਇਹ ਕਥਾ ਕਹਾਣੀਆਂ ਦੇ ਉੱਤੇ ਚੇਤੇ ਲਾਉਣਗੇ, ਇਹਨਾਂ ਦੇ ਮਨ ਨੂੰ ਜਿਹੜੀ ਚੀਜ਼ ਉਭਾਰੇ, ਇਹਨਾਂ ਦੀਆਂ ਕਾਮਨਾਵਾਂ ਨੂੰ ਜਿਹੜੀ ਚੀਜ਼ ਉਛਾਲੇ, ਇਹਨਾਂ ਦੀਆਂ ਅਭਿਲਾਸ਼ਾਵਾਂ ਨੂੰ ਜਿਹੜੀ ਚੀਜ਼ ਪੂਰੀ ਕਰਨ ਦੇ ਵਾਸਤੇ ਆਵੇ, ਇਹ ਉਹਨਾਂ ਗੱਲਾਂ ਮਗਰ ਲੱਗਣਗੇ ਜਿਹੜੀਆਂ ਗੱਲਾਂ ਸੱਚੀਆਂ ਅਤੇ ਖਰੀਆਂ ਆ, ਉਹਨਾਂ ਤੋਂ ਇਹ ਆਪਣੇ ਕੰਨਾਂ ਨੂੰ ਫੇਰ ਲੈਣਗੇ, ਅੰਤ ਸਮੇਂ ਦੀ ਨਿਸ਼ਾਨੀ ਦੱਸੇਗੀ। ਸੋ ਅੱਜ ਉਹ ਸਭ ਕੁਛ ਅਸੀਂ ਆਪਣੇ ਅੱਖੀਂ ਹੁੰਦਿਆਂ ਦੇਖਦੇ ਹਾਂ, ਜਿੱਥੇ ਤਾਂ ਡਰਾਮੇਬਾਜ਼ੀ ਝੂਠ ਬੋਲਣਾ ਸ਼ੁਰੂ ਕਰ ਦਿੰਦੇ ਲੋਕ, ਉੱਥੇ ਇੱਕਦਮ ਭੀੜਾਂ ਵੱਧ ਜਾਂਦੀਆਂ, ਜਿੱਥੇ ਸੱਚ ਆ ਉੱਥੇ ਤਾਂ ਕੋਈ ਟਾਵਾਂ ਟਾਵਾਂ ਹੀ। ਉਹਨਾਂ 'ਤੇ ਯਿਸੂ ਮਸੀਹ ਪਹਿਲਾਂ ਕਿਹਾ ਗਿਆ ਤੰਗ ਆ ਇਹ ਮਾਰਗ ਜਿਹਨੂੰ ਕੋਈ ਕੋਈ ਚੁਣਦਾ, ਅਤੇ ਖੁੱਲ੍ਹੇ ਰਸਤੇ ਥਾਣੀ 'ਤੇ ਸਾਰੇ ਜਾਣ ਦੇ ਵਾਸਤੇ ਤਿਆਰ ਆ। ਉਸੇ ਤਰ੍ਹਾਂ ਇਹ ਜਿਹੜੀ ਤਰੀਮ ਹੈ ਨਾ, ਇਹ ਤਾਂ ਇੱਦਾਂ ਹੀ ਚੱਲਦੀ ਸੀ, ਇੱਦਾਂ ਹੀ ਚੱਲ ਰਹੀ ਹੈ, ਅਤੇ ਇਹ ਇੱਦਾਂ ਹੀ ਚੱਲਣੀ, ਕੋਈ ਆਵੇ ਅਤੇ ਭਾਵੇਂ ਨਾ ਆਵੇ। ਅਤੇ ਰਹੀ ਗੱਲ ਲੋਕਾਂ ਨੂੰ ਇਕੱਠੇ ਕਰਨ ਦੀ, ਉਹ ਤਾਂ ਮੈਂ ਹੁਣ ਆਹ ਵੀਡੀਓ ਬੰਦ ਕਰਾਂ ਹੁਣੇ,
ਤੇ ਨਾਲ ਹੀ ਕਹਿ ਦੇਵਾਂ ਵੀ ਆ ਬੰਦਗੀ ਕਰਦੇ ਕਰਦੇ ਮੈਨੂੰ ਪ੍ਰਭੂ ਦੇ ਆਤਮਾ ਨੇ ਕਿਹਾ ਵੀ ਬਿਮਾਰਾਂ ਵਾਸਤੇ ਪ੍ਰਾਰਥਨਾ ਕਰ, ਅੱਜ ਜਿੰਨਿਆਂ ਦੇ ਦੀ ਪ੍ਰਾਰਥਨਾ ਕਰੂੰਗਾ ਉਹ ਸਾਰੇ ਚੰਗੇ ਕਰਨ ਮੈਂ ਜਾ ਰਿਹਾ, ਹੁਣੇ ਲਾ ਦਿੰਦਾ ਅਜੇ ਮੈਂ ਕਹਿ ਵੀ ਰਿਹਾ ਹਾਂ, ਲੋਕਾਂ ਨੇ ਇਹਨੂੰ ਵੀ ਸੁਣਨਾ ਪਰ ਫੇਰ ਵੀ ਉਹਨਾਂ ਦਾ ਘੰਟਾ ਇੱਕ ਲਾ ਦੇਵਾਂ ਅਤੇ ਘੱਟੋ ਘੱਟ ਇੱਥੇ ਹੀ 10,000 ਵਿਊ ਹੋ ਜਾਣਾ ਹੁਣੇ, ਕਾਹਦੇ ਨਹੀਂ ਭਲਾ, ਇਹ ਲੋਕਾਂ ਨੂੰ ਯਸੂ ਮਸੀਹ ਦੇ ਨਾਲ ਕੋਈ ਲੈਣਾ ਦੇਣਾ, ਇਹਨਾਂ 'ਤੇ ਆਪਣੀਆਂ ਮੁਰਾਦਾਂ ਪੂਰੀਆਂ ਹੋਣ ਦੇ ਨਾਲ ਮਤਲਬ ਆ, ਅਤੇ ਉਹਦੇ ਲਈ ਇਹਨਾਂ ਨੂੰ ਜਿਹੜਾ ਮਰਜ਼ੀ ਕੋਈ ਡਰਾਮੇਬਾਜ਼ ਆ ਕੇ ਜਿੱਦਾਂ ਦਾ ਮਰਜ਼ੀ ਡਰਾਮਾ ਕਰ ਜਾਵੇ ਉਹ ਇਹਨਾਂ ਦੇ ਲਈ ਸਭ ਕੁਛ ਕੀ ਹੈ ਭਲਾ, ਉਹ ਸਭ ਕੁਛ ਇਹਨਾਂ ਲਈ ਜਾਇਜ਼ ਆ, ਪਰ ਜੇ ਹਕੀਕਤ ਦੱਸੋ ਉਹ ਇਹਨਾਂ ਕੋਲ ਬਰਦਾਸ਼ਤ ਹੋਣੀ ਨਹੀਂ, ਸੋ ਭੇਡ ਕੌਣ ਆ ਜਿਹੜੀ ਆਵਾਜ਼ ਨੂੰ ਸੁਣਦੀ ਹੈ, ਖਾਲੀ ਸੁਣਨ ਵਾਲੀ ਭੇਡ ਨਹੀਂ ਜਿਹੜੀ ਆਵਾਜ਼ ਨੂੰ ਸੁਣਦੀ ਵੀ ਆ ਅਤੇ ਆਵਾਜ਼ ਨੂੰ ਪਛਾਣਦੀ ਵੀ ਆ, ਅਤੇ ਸਿਰਫ ਸੁਣਨਾ ਅਤੇ ਪਛਾਣਨਾ ਨਹੀਂ, ਕਹਿੰਦਾ ਮੇਰੀ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਮੇਰੀ ਆਵਾਜ਼ ਨੂੰ ਪਛਾਣਦੀਆਂ ਆ ਅਤੇ ਉਹ ਮੇਰੇ ਪਿੱਛੇ ਪਿੱਛੇ ਚੱਲਦੀਆਂ ਆ, ਉਹ ਕਦੇ ਕਿਸੇ ਪਰਾਏ ਮਗਰ ਜਾਣਗੀਆਂ, ਇਹ ਭੇਡ ਦੀ ਨਿਸ਼ਾਨੀ ਆ, ਇਹ ਆ ਉਹ ਭੇਡ ਜਿਹਨੂੰ ਕਹਿੰਦਾ ਉਹਨੂੰ ਮੇਰੇ ਹੱਥ 'ਚੋਂ ਕੋਈ ਖੋਹ ਸਕਦਾ, ਜਿਹੜੀ ਉਹਦੀ ਆਵਾਜ਼ ਨੂੰ ਸੁਣ ਕੇ ਉਹਦੇ ਪਿੱਛੇ ਪਿੱਛੇ ਚੱਲੂਗੀ ਉਸ ਭੇਡ ਦੀ ਜ਼ਿੰਮੇਵਾਰੀ ਉਸ ਰਾਖੇ ਦੀ ਆ, ਅਤੇ ਜਿਹੜੀ ਭੇਡ ਇੱਧਰ ਉੱਧਰ ਹੁੰਦੀ ਆ ਉਹਦੀ ਰਾਖੀ ਉਹ ਕਰਦਾ, ਉਹਦੀ ਰਾਖੀ ਉਹ ਕਰਦਾ ਨਹੀਂ, ਅਤੇ ਜਿਹੜੀ ਭੇਡ ਝੁੰਡ ਦੇ ਵਿੱਚ ਉਹ ਸੇਫ ਰਹਿੰਦੀ ਹੈ ਕਿਉਂਕਿ ਚਰਵਾਹਾ ਨਾਲ ਆ, ਅਤੇ ਜਿਹੜੀ ਭੇਡ ਝੁੰਡ ਤੋਂ ਬਾਹਰ ਜਾਵੇਗੀ ਬਾਹਰ ਤਾਂ ਬਘੇੜੀਏ ਬੈਠੇ ਹੀ ਆ, ਬਾਹਰ ਤਾਂ ਬਘਿਆੜ ਬੈਠੇ ਹੀ ਬੈਠੇ ਆ, ਉਹ ਤਾਂ ਫਿਰ ਪਾੜ ਖਾਣਗੇ, ਇਸ ਲਈ ਅਸੀਂ ਯਾਦ ਰੱਖਣਾ ਆਪਣੇ ਮਨ ਦੇ ਵਿੱਚ ਇਹਨਾਂ ਚੀਜ਼ਾਂ ਨੂੰ, ਇਹ ਜਿੰਨੀਆਂ ਵੀ ਗੱਲਾਂ ਨੂੰ ਅੱਜ ਦੱਸਿਆ ਜਾ ਰਿਹਾ ਨਾ ਲੋਕਾਂ ਦੇ ਵੱਲੋਂ, ਇਹ ਉਹ ਲੋਕ ਆਪ ਬਾਈਬਲ ਦੇ ਉੱਤੇ ਜ਼ਿਆਦਾ ਅਧਿਐਨ ਕਰਨ ਦੇ ਲਈ ਤਿਆਰ ਨੇਗੇ, ਸੇਵਕ ਦੇ ਉੱਤੇ ਉਹਨਾਂ ਨੂੰ ਅੰਧ ਵਿਸ਼ਵਾਸ ਹੋ ਗਿਆ, ਸੇਵਕ ਉਹਨਾਂ ਝੂਠ ਕਵੇ ਸੱਚ ਕਵੇ ਜੇ ਤਾਂ ਉਹਨਾਂ ਦੇ ਕੋਈ ਮੁਰਾਦ ਪੂਰੀ ਹੋ ਗਈ ਤਾਂ ਉਹਨਾਂ ਲਈ ਸੇਵਕ ਬਣ ਗਿਆ ਰੱਬ, ਹੁਣ ਉਸ ਸੇਵਕ ਦੇ ਖਿਲਾਫ ਵੀ ਉਹ ਕੋਈ ਸ਼ਬਦ ਸੁਣਨ ਦੇ ਲਈ ਤਿਆਰ ਨਹੀਂ ਹੈ, ਜੇ ਤੁਸੀਂ ਉਹਨਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਕਹਿੰਦੇ ਤੁਸੀਂ ਜਲਨ ਕਰਦੇ ਹੋ, ਤੁਹਾਡੇ ਕੋਲ ਆਪ ਕੋ ਤਾਂ ਹੁੰਦਾ ਨਹੀਂ, ਤੁਹਾਡੇ ਨਾਲ ਆਪ ਚਾਰਜ ਹੀ ਜੋੜਦੇ ਨੇਗੇ, ਆਪ ਤੁਸੀਂ ਕੁਛ ਕਰਨ ਜੋਗੇ ਨੇਗੇ, ਅਤੇ ਤੁਸੀਂ ਦੂਜੇ ਜਿਹਨਾਂ ਦੇ ਦੁਆਰਾ ਇਹ ਸਭ ਕੁਛ ਹੋ ਰਿਹਾ ਉਹਨਾਂ ਤੋਂ ਸੜਦੇ ਹੋ, ਕੀ ਹੁੰਦਾ ਭਲਾ ਤੁਸੀਂ ਉਹਨਾਂ ਤੋਂ ਸੜਦੇ ਹੋ, ਇਹ ਵੀ ਸ਼ਬਦ ਉਹਨਾਂ ਦੇ ਨਹੀਂ ਹੁੰਦੇ, ਇਹ ਉਹ ਜਦੋਂ ਅੱਗੇ ਜਾ ਕੇ ਪਹੁੰਚਾਉਂਦੇ ਅਤੇ ਉਹ ਸੇਵਕ ਹੀ ਫਿਰ ਇਹਨਾਂ ਨੂੰ ਇਹ ਗੱਲਾਂ ਦੇ ਨਾਲ ਤਿਆਰ ਕਰਦੇ ਵੀ ਜੇ ਤੁਹਾਡੇ ਨਾਲ ਕੋਈ ਆਹ ਸਵਾਲ ਕਰੇ ਅਤੇ ਫਿਰ ਤੁਸੀਂ ਉਹਦਾ ਕੀ ਜਵਾਬ ਦੇਣਾ ਹੈ, ਜੇ ਕੋਈ ਆਹ ਸਵਾਲ ਕਰੇ ਤਾਂ ਉਹਦਾ ਫਿਰ ਤੁਸੀਂ ਕੀ ਜਵਾਬ ਦੇਣਾ, ਅਤੇ ਇਹ ਕਦੇ ਵੀ ਸੁਣਨ ਦੇ ਵਾਸਤੇ ਤਿਆਰ ਨਹੀਂ ਹੋਣਗੇ, ਕਿਉਂ ਕਿਉਂਕਿ ਯਸੂ ਮਸੀਹ ਦੀਆਂ ਭੇਡਾਂ ਹੀ ਨੇਗੀਆਂ, ਯਸੂ ਮਸੀਹ ਦੀ ਭੇਡ ਅਤੇ ਯਸੂ ਮਸੀਹ ਦੇ ਪਦ ਚਿੰਨ੍ਹਾਂ ਦੇ ਉੱਤੇ ਚੱਲਣਗੇ, ਜਿੱਥੇ ਜਿੱਥੇ ਉਹ ਪੈਰ ਰੱਖੇਗਾ ਉੱਥੇ ਉੱਥੇ ਭੇਡ ਪੈਰ ਰੱਖੇਗੀ, ਜੋ ਜੋ ਕੁਛ ਉਹ ਨਮੂਨਾ ਦੇ ਕੇ ਗਿਆ ਉਹ ਸਾਰਾ ਨਮੂਨਾ ਇਹ ਭੇਡ ਆਪਣੇ ਜੀਵਨ 'ਚ ਲੈ ਕੇ ਆਪਣੇ ਜੀਵਨ ਨੂੰ ਵੈਸਾ ਬਣਾਵੇਗੀ ਜੈਸਾ ਯਸੂ ਮਸੀਹ, ਆਪਣੇ ਅੱਖਾਂ ਬੰਦ ਕਰੀਏ ਸਿਰਾਂ 'ਚ ਕਹੀਏ ਪ੍ਰਾਰਥਨਾ ਕਰਦੇ, ਭਾਈ ਸ਼ਾਮ ਦੇ ਨਾਲ ਮਿਲ ਕੇ ਪ੍ਰਾਰਥਨਾ ਕਰਦੇ। ਹਾਲੇਲੂਯਾ, ਸਰਵ ਸ਼ਕਤੀਮਾਨ ਪਿਤਾ ਤੁਹਾਡਾ ਧੰਨਵਾਦ ਦਿੰਦੇ ਹਾਂ ਤੁਹਾਡੇ ਸੁੰਦਰ ਸਮੇਂ ਦੇ ਲਈ, ਸਾਰੀ ਸ਼ਿਕਸ਼ਾ ਦੇ ਲਈ ਪਿਤਾ, ਕਿ ਜੋ ਅਸੀਂ ਤੁਹਾਡੀ ਆਉਂ ਭੇਡਾਂ ਬਣੀਏ, ਜੋ ਤੁਸੀਂ ਚਾਹੁੰਦੇ ਹਾਂ ਤੁਹਾਡੀ ਆਵਾਜ਼ ਨੂੰ ਸੁਣੀਏ ਪਹਿਚਾਨੀਏ ਉਹ ਤੁਹਾਡੇ ਪਿੱਛੇ ਹੀ ਚੱਲੀਏ ਪਿਤਾ, ਸਾਡੇ ਸੰਸਾਰੀ ਕੰਨਾਂ ਨੂੰ ਬੰਦ ਕਰਕੇ ਪਿਤਾ ਅੱਜ ਤੋਂ ਆਤਮਿਕ ਕੰਨਾਂ ਨੂੰ ਖੋਲ੍ਹੋ, ਸਾਡੇ ਆਤਮਿਕ ਮਨ ਨੂੰ ਪਿਤਾ ਗ੍ਰਹਿਣਸ਼ੀਲ ਕਰਨ ਲਈ ਧੰਨਵਾਦ ਦਿੰਦੇ ਹਾਂ, ਸਾਡੀਆਂ ਬੁੱਧੀਆਂ ਨੂੰ ਹੋਰ ਵੀ ਜ਼ਿਆਦਾ ਨਸ਼ਾ ਕਰਨ ਲਈ ਆਪਣੇ ਗਿਆਨ ਦੇ ਨਾਲ ਧੰਨਵਾਦ ਦਿੰਦੇ ਹਾਂ, ਤੁਹਾਡੇ ਦਾਸ ਲਈ ਧੰਨਵਾਦ ਦਿੰਦੇ ਹਾਂ, ਇਸ ਪਰਿਵਾਰ ਲਈ ਵੀ, ਔਰ ਜੋ ਤੁਸੀਂ ਗਿਆਨ ਦਿੱਤਾ ਹੈ ਪਿਤਾ ਤੁਹਾਡੀ ਭੇਡ ਬਣਨ ਦੇ ਲਈ, ਇਹ ਸਾਡੇ ਸਭ ਦੀਆਂ ਜ਼ਿੰਦਗੀਆਂ 'ਚ ਪਿਤਾ 100 ਗੁਣਾ ਫਲ ਲੈ ਕੇ ਆਵੇ ਤੁਹਾਡੇ ਰਾਜ ਲਈ, ਸਾਰੀ ਪ੍ਰਾਰਥਨਾ ਬੇਨਤੀ ਨੂੰ ਮਸੀਹ ਯਿਸੂ ਨਾਸਰੀ ਦੇ ਪਵਿੱਤਰ ਨਾਮ 'ਚ ਮੰਗਦੇ ਹਾਂ, ਆਮੀਨ। ਹੁਣ ਸਾਡੇ ਖੁਦਾ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਦੇ ਨਾਲ ਬਣੀ ਰਹੇ, ਆਮੀਨ। ਹਾਲੇਲੂਇਆ, ਖੁਦਾ ਤੁਹਾਨੂੰ ਬੜੀ ਆਸ਼ੀਸ਼ ਦੇਵੇ ਸਾਰੇ।